ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ 'ਤੇ, ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਅਮਰੀਕਾ ਅਤੇ ਕੈਨੇਡਾ ਦੇ ਵੱਲੋਂ ਜਿਹੜੀਆਂ ਉੱਥੇ ਘਟਨਾਵਾਂ ਵਾਪਰੀਆਂ ਅਤੇ ਕੁਛ ਘਟਨਾਵਾਂ ਦੇ ਬਾਰੇ। ਅਮਰੀਕਾ ਦਾ ਕਹਿਣਾ ਹੈਗਾ ਕਿ ਉਹ ਘਟਨਾਵਾਂ ਉੱਥੇ ਨਹੀਂ ਵਾਪਰੀਆਂ, ਖਾਸ ਕਰਕੇ ਜਿੱਦਾਂ ਗੁਰਪਤਵੰਤ ਸਿੰਘ ਪੰਨੂ ਜਿਹੜੇ ਕਿ 2020 ਰੈਫਰੈਂਡਮ ਦੇ ਨਾਂ ਦੇ ਨਾਲ ਜਾਣੇ ਜਾਂਦੇ ਨੇ, ਤਾਂ ਉਹਨਾਂ ਨੂੰ ਉੱਥੇ ਮਾਰਨ ਦੀ ਸਾਜ਼ਿਸ਼ ਨੂੰ ਅਮਰੀਕਾ ਦਾ ਕਹਿਣਾ ਹੈਗਾ ਕਿ ਅਸੀਂ ਨਾਕਾਮਯਾਬ ਕਰ ਦਿੱਤਾ। ਭਾਰਤ ਵੱਲ ਉਂਗਲ ਕੀਤੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਜੋ ਕੁਝ ਵਾਪਰਿਆ ਪਿਛਲੇ ਦਿਨਾਂ ਦੇ ਵਿੱਚ ਆਪਾਂ ਸਾਰਾ ਕੁਝ ਵੇਖਿਆ, ਲਗਾਤਾਰ ਗੱਲਾਂਬਾਤਾਂ ਹੋ ਰਹੀਆਂ ਨੇ, ਮੀਡੀਆ ਦੇ ਵਿੱਚ ਪੂਰੀ ਚਰਚਾ ਹੁੰਦੀ ਉਸ ਗੱਲ ਦੀ ਕਿ ਕਿਵੇਂ ਜਸਟਿਨ ਟਰੂਡੋ ਜਿਹੜੇ ਕਿ ਉੱਥੋਂ ਦੇ ਪ੍ਰਧਾਨ ਮੰਤਰੀ ਹੈਗੇ ਨੇ, ਬਕਾਇਦਾ ਉਹਨਾਂ ਨੇ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਖੜ੍ਹੇ ਹੋ ਕੇ ਇਹ ਗੱਲ ਆਖੀ ਹੈ, ਭਾਵ ਕਿ ਉਹਨਾਂ ਨੇ ਭਾਰਤ ਦੇ ਉੱਪਰ ਸਿੱਧੀ ਸਿੱਧੀ ਉਂਗਲ ਕੀਤੀ ਹੈਗੀ ਹੈ। ਉਸ ਤੋਂ ਇਲਾਵਾ ਭਾਈ ਅਵਤਾਰ ਸਿੰਘ ਖੰਡਾ, UK ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ, ਤਾਂ ਉਹ ਵੀ ਇੱਕ ਰਹੱਸ ਬਣਿਆ ਹੋਇਆ, ਉਹਦੇ ਬਾਰੇ ਵੀ ਹਾਲੇ ਕੁਛ ਕਲੀਅਰ ਨਹੀਂ ਹੈਗਾ, ਤਾਂ ਉਹਦੀ ਵੀ ਇੱਕ ਤਾਜ਼ਾ ਰਿਪੋਰਟ ਹੈਗੀ ਆ, ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਸੋ ਜੋ ਕੁਛ ਵੀ ਇਹ ਵਰਤਾਰੇ ਵਾਪਰ ਰਹੇ ਨੇ, ਜਿਹੜੀਆਂ ਮੇਨ ਇੱਕ ਦੋ ਗੱਲਾਂ ਹੈਗੀਆਂ ਨੇ, ਆਪਾਂ ਅੱਜ ਦੀ ਗੱਲਬਾਤ 'ਚ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਦੋਸ਼ ਹੁਣ ਅਗਾਂਹ ਵਧੂ ਮੁਲਕ, ਆਪਾਂ ਅਕਸਰ ਇਹ ਗੱਲ ਕਰਦੇ ਹੁੰਦੇ ਕਿ ਜਿਨ੍ਹਾਂ ਦੀ ਕਹੀ ਹੋਈ ਗੱਲ ਦਾ ਕੋਈ ਅਸਰ ਹੁੰਦਾ ਹੈਗਾ, ਹੁਣ ਜਦੋਂ ਉਹ ਮੁਲਕ ਭਾਰਤ ਵਾਲੀ ਦਾ ਉਂਗਲ ਚੁੱਕਣ, ਤਾਂ ਫਿਰ ਉਹਦੇ ਮਾਇਨੇ ਕੀ ਕੱਢੇ ਜਾਣ, ਬੜੀ ਇੱਕ ਵੱਡੀ ਗੱਲ ਹੈਗੀ ਆ। ਹੁਣ ਜਦੋਂ ਕੈਨੇਡਾ ਨੇ ਗੱਲ ਕੀਤੀ ਸੀ ਤਾਂ ਉਸ ਵੇਲੇ ਭਾਰਤ ਦੇ ਉੱਪਰ ਕੋਈ ਉਨਾ ਅਸਰ ਦੇਖਣ ਨੂੰ ਨਹੀਂ ਮਿਲਿਆ, ਹੁਣ ਜਦੋਂ ਅਮੈਰੀਕਾ ਨੇ ਵੀ ਕੋਈ ਇੱਦਾਂ ਦੀ ਗੱਲ ਕੀਤੀ ਆ, ਅਤੇ ਹੁਣ ਹਾਲਾਤ ਜਿਹੜਾ ਕੁਛ ਵੱਖਰੀ ਤਰ੍ਹਾਂ ਦੇ ਹੋ ਸਕਦੇ ਨੇ, ਕਿੱਦਾਂ ਦੇ ਹੈਗੇ ਨੇ, ਭਾਰਤ ਦੀ ਕੀ ਪ੍ਰਤੀਕਿਰਿਆ ਹੈਗੀ ਆ, ਭਾਰਤ ਦੀ ਸਰਕਾਰ ਕਿਵੇਂ ਦੇਖਦੀ ਆ, ਸਾਰਾ ਕੁਝ ਉਹ ਵਿਚਾਰਾਂਗੇ। ਇਸ ਤੋਂ ਇਲਾਵਾ ਜੋ ਕੁਛ ਵੀ ਇਹ ਹੋ ਰਿਹਾ ਹੈਗਾ ਸੋਸ਼ਲ ਮੀਡੀਆ ਦੇ ਉੱਪਰ, ਸਿੱਖ ਕੌਮ ਦੇ ਵੱਲੋਂ ਇੱਕ ਗੱਲ, ਆਮ ਸਿੱਖ ਵੀ ਇਹ ਗੱਲ ਕਹਿਣ ਲੱਗ ਪਿਆ ਕਿ ਹੁਣ ਭਾਰਤ ਨੂੰ ਜਿਹੜਾ ਇਹਦਾ ਕਰੂਪ ਚਿਹਰਾ ਹੈਗਾ ਉਹ ਵੇਖ ਲੈਣਾ ਚਾਹੀਦਾ, ਹੁਣ ਤਾਂ ਅਗਲਿਆਂ ਨੇ ਉੱਪਰਲਿਆਂ ਨੇ ਵੀ, ਭਾਵ ਕਿ ਉਹਨਾਂ ਮੁਲਕਾਂ ਨੇ ਵੀ ਇਹਨਾਂ ਨੂੰ ਆਪਣਾ ਸ਼ੀਸ਼ਾ ਦਿਖਾਉਣਾ ਸ਼ੁਰੂ ਕਰ ਦਿੱਤਾ ਕਿ ਆਹ ਦੇਖੋ ਸ਼ੀਸ਼ਾ, ਇਹਦੇ ਵਿੱਚ ਤੁਸੀਂ ਆਪਣਾ ਉਹ ਕਰੂਪ ਚਿਹਰਾ ਵੇਖ ਲਓ। ਪਰ ਇਸ ਤੋਂ ਇਲਾਵਾ ਇੱਕ ਹੋਰ ਅਗਲੀ ਗੱਲ ਹੈਗੀ, ਉਹ ਵੀ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਕਿ ਜੇ ਸਿੱਖ ਭਾਰਤ ਨੂੰ ਉਹਦਾ ਚਿਹਰਾ ਵਿਖਾਉਂਦੇ ਆ ਕਿ ਤੁਹਾਡਾ ਚਿਹਰਾ ਆਹ ਹੈ, ਤਾਂ ਜਿਹੜੀ ਸਿੱਖਾਂ ਦੇ ਅੰਦਰ ਇੱਕ ਆਪਣੀ ਤਮੰਨਾ ਹੈਗੀ ਹੈ ਕਿ ਸਾਡਾ ਇੱਥੇ ਆਪਦਾ ਰਾਜ ਹੁੰਦਾ ਸੀਗਾ, ਅਸੀਂ ਇੱਥੇ ਮੁੜ ਉਹ ਰਾਜ ਵੇਖਣਾ ਚਾਹੁੰਦੇ ਹਾਂ, ਤਾਂ ਉਹ ਮੁਲਕ ਸਿੱਖ ਕਈ ਵਾਰ ਆਪਾਂ ਸਮਝਦੇ ਹਾਂ ਕਿ ਉਹ ਸਾਡੇ ਨਾਲ ਖੜ ਰਹੇ ਨੇ, ਜਾਂ ਜਿਹਨਾਂ ਦੇ ਨਾਲ ਸਾਡਾ ਇੱਟ ਖੜੁੱਕਾ ਚੱਲ ਰਿਹਾ ਹੈਗਾ ਭਾਰਤ ਦੀ ਸਰਕਾਰ, ਉਹਨਾਂ ਦੇ ਬਾਬਤ ਉਹਨਾਂ ਵੱਲ ਉਂਗਲ ਚੁੱਕ ਰਹੇ ਨੇ, ਤਾਂ ਉਹ ਸਾਰਾ ਕੁਛ ਆਪਣੇ ਖਾਤੇ ਵਿੱਚ ਭੁਗਤਾਇਆ ਕਿੱਦਾਂ ਜਾ ਸਕਦਾ ਹੈਗਾ, ਕਿ ਸਿੱਖ ਲੀਡਰਸ਼ਿਪ ਉਹਦੇ ਲਈ ਤਿਆਰ ਹੈ, ਇਹ ਸਾਰਾ ਕੁਝ ਵਿਚਾਰਾਂਗੇ ਅੱਜ ਆਪਾਂ। ਮੇਰੇ ਨਾਲ ਸਰਦਾਰ ਪਰਮਜੀਤ ਸਿੰਘ ਗਾਜ਼ੀ ਜੀ ਹੈਗੇ ਨੇ, ਪਹਿਲਾਂ ਕਰਦੇ ਹਾਂ ਸਵਾਗਤ, ਅਤੇ ਉਹਨਾਂ ਕੋਲੋਂ ਆਪਾਂ ਸਾਰੀ ਜਾਣਕਾਰੀ ਲਵਾਂਗੇ ਵੀ ਉਹ ਸਾਰੇ ਕੰਮ ਨੂੰ ਕਿੱਦਾਂ ਦੇਖਦੇ ਨੇ। ਗਾਜ਼ੀ ਜੀ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਜੀਤ ਸਿੰਘ ਗਾਜ਼ੀ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਅਮਰੀਕਾ ਔਰ ਕੈਨੇਡਾ ਨੇ ਜੋ ਵੀ ਭਾਰਤ ਵੱਲ ਉਂਗਲ ਚੁੱਕੀ ਹੈਗੀ ਆ, ਉਹਦੇ 'ਤੇ ਭਾਰਤ ਸਰਕਾਰ ਦੀ ਪ੍ਰਤੀਕਿਰਿਆ ਜਾਂ ਭਾਰਤ ਕਿਵੇਂ ਦੇਖਦਾ ਉਸ ਗੱਲ ਨੂੰ, ਕੀ ਕਹਿਣਾ ਚਾਹੁੰਦੇ, ਕਿੱਦਾਂ ਦੇਖਦੇ? ਦੇਖੋ, ਇੱਕ ਤਾਂ ਜੋ ਇਹਨਾਂ ਨੇ ਕੀਤਾ, ਸੋ ਉਹ ਇੱਕ ਖੁਫੀਆ ਕਾਰਵਾਈ ਸੀਗੀ, ਅਤੇ ਖੁਫੀਆ ਕਾਰਵਾਈਆਂ ਦਾ ਇੱਕ ਇਹ ਅਣਐਲਾਨਿਆ ਅਸੂਲ ਹੀ ਹੁੰਦਾ ਜੀ ਕਿ ਕੁਝ ਵੀ ਕਰਦਿਆਂ ਹੋਇਆਂ ਮੌਕੇ ਦੇ ਉੱਤੇ ਨਾ ਫੜੇ ਜਾਓ ਜੀ। ਸੋ ਇੱਕ ਤਾਂ ਜਦੋਂ ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਨੇ, ਭਾਵ ਕਿ ਇੱਕ ਮੁਲਕ ਦੇ ਪ੍ਰਧਾਨ ਮੰਤਰੀ ਨੇ, ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਖੜ੍ਹ ਕੇ ਸਿੱਧਾ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੀ ਜਿਹੜਾ ਕਤਲ ਉੱਥੇ ਹੋਇਆ ਉਹਦੇ ਮਾਮਲੇ ਦੇ ਵਿੱਚ ਇੰਡੀਆ ਸਰਕਾਰ ਦੇ ਜਿਹੜੇ ਏਜੰਟ ਨੇ ਉਹ ਸ਼ਾਮਲ ਨੇ ਜੀ। ਸੋ ਉਦੋਂ ਦੂਸਰਾ ਵੱਡਾ ਅਸੂਲ ਜਿਹੜਾ ਕਿ ਕੂਟਨੀਤੀ ਦੇ ਪੱਧਰ ਦੇ ਉੱਪਰ ਹੁੰਦਾ ਆ, ਉਹ ਇਹ ਹੁੰਦਾ ਕਿ ਕੋਈ ਵੀ ਅਜਿਹੀ ਗੱਲ ਤੋਂ ਮੁਨਕਰ ਨਾ ਹੋਵੋ ਜਿਹੜੀ ਸਹੀ ਹੋਵੇ ਅਤੇ ਤੁਹਾਡਾ ਝੂਠ ਫੜਿਆ ਜਾਵੇ। ਸੋ ਜਦੋਂ ਕੈਨੇਡਾ ਨੇ ਇਹ ਗੱਲ ਕਹੀ ਤਾਂ ਇੰਡੀਆ ਨੇ ਕਿਹਾ ਕਿ ਬਿਲਕੁਲ ਬਕਵਾਸਬਾਜ਼ੀ ਹੈ, ਸਾਡਾ ਨਾਂ ਐਵੇਂ ਘੜੀਸਿਆ ਜਾ ਰਿਹਾ, ਅਤੇ ਇਹ ਐਲੀਗੇਸ਼ਨਸ ਨੇ ਇਹ ਉੱਥੋਂ ਦੀ ਆਪਦੀ ਪੋਲੀਟਿਕਸ ਕਰਕੇ ਲਾ ਰਹੇ ਆ। ਹਾਲਾਂਕਿ ਜੋ ਹੁਣ ਜਾਣਕਾਰੀ ਸਾਹਮਣੇ ਆਈ ਕਿ ਜੂਨ ਦੇ ਵਿੱਚ ਹੀ
ਜੋ ਬਾਈਡਨ ਨੇ ਜਦੋਂ ਨਰਿੰਦਰ ਮੋਦੀ ਵਾਸ਼ਿੰਗਟਨ ਡੀਸੀ ਦੇ ਵਿੱਚ ਗਿਆ ਹੋਇਆ ਸੀਗਾ, ਉਹਨੂੰ ਇਹ ਗੱਲ ਦੱਸ ਦਿੱਤੀ ਸੀਗੀ ਕਿ ਤੁਸੀਂ ਇਸ ਤਰੀਕੇ ਦੇ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਕਤਲ ਕਰਨ ਦੀਆਂ ਜਾਂ ਉਹਨਾਂ ਨੂੰ ਕਤਲ ਕਰਵਾਉਣ ਦੀਆਂ ਸਾਜ਼ਿਸ਼ਾਂ ਜਿਹੜੀਆਂ ਆ ਉਹ ਕਰ ਰਹੇ ਹੋ। ਉਹਦੇ ਬਾਵਜੂਦ ਭਾਈ ਹਰਦੀਪ ਸਿੰਘ ਨਿੱਜਰ ਵਾਲੀ ਜਿਹੜੀ ਘਟਨਾ ਆ ਉਹ ਵਾਪਰਦੀ ਆ, ਇੰਡੀਆ ਉਹਦੇ ਤੋਂ ਮੁਨਕਰ ਹੁੰਦਾ ਆ। ਤੇ ਜਦੋਂ ਇਹ ਗੱਲ ਫਾਈਨੈਂਸ਼ੀਅਲ ਟਾਈਮਸ ਸਭ ਤੋਂ ਪਹਿਲਾਂ ਸਾਹਮਣੇ ਲੈ ਕੇ ਆਉਂਦੀ ਆ, ਤੇ 29 ਨਵੰਬਰ ਨੂੰ ਜਿਹੜੀ ਇੰਡਾਕਟਮੈਂਟ ਆ ਉਹਨਾਂ ਨੇ ਇੱਕ ਦੋਸ਼ ਪੱਤਰ ਜਿਹੜਾ ਕਿ ਇੱਕ ਇੰਡੀਅਨ ਸਿੱਧਾ ਉਹਦੇ ਵਿੱਚ ਕਿਹਾ ਹੋਇਆ ਕਿ ਭਾਰਤ ਸਰਕਾਰ ਦੇ ਜੋ ਅਫਸਰ ਨੇ ਉਹ ਗੁਰਪ੍ਰਤਾਪ ਸਿੰਘ ਪੰਨੂ ਹੋਣਾ ਨੂੰ ਕਤਲ ਕਰਵਾਉਣ ਦੀ ਸਾਜ਼ਿਸ਼ ਦੇ ਵਿੱਚ ਸੀਗੇ, ਔਰ ਉਹਨਾਂ ਨੇ ਉੱਥੇ ਜਿਹੜੇ ਮਤਲਬ ਡਰੱਗ ਮਾਫੀਏ ਦੇ ਨਾਲ ਜੁੜੇ ਹੋਏ ਵਿਅਕਤੀ ਹੈਗੇ ਆ, ਨਿਖਿਲ ਗੁਪਤਾ ਦਾ ਨਾਮ ਆਇਆ ਕਿ ਉਹਨਾਂ ਦੇ ਰਾਹੀਂ ਪਹਾੜੇ ਦੇ ਉੱਪਰ ਕਾਤਲਾਂ ਨੂੰ ਹਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਗੁਰਪ੍ਰਤਾਪ ਸਿੰਘ ਪੰਨੂ ਨੂੰ ਅਮਰੀਕਾ ਦੀ ਧਰਤੀ ਦੇ ਉੱਪਰ ਅਸੈਸੀਨੇਟ ਕੀਤਾ ਜਾ ਸਕੇ। ਸੋ ਅਜਿਹਾ ਝੂਠ ਵੀ ਬੋਲਿਆ ਕਿ ਜਿਹੜਾ ਫੜਿਆ ਗਿਆ, ਪਰ ਇਹਦੇ ਵਿੱਚੋਂ ਇੱਕ ਗੱਲ ਜ਼ਰੂਰ ਸਮਝਣ ਵਾਲੀ ਹੈਗੀ ਕਿ ਜਦੋਂ ਅਮਰੀਕਾ ਦੇ ਵੱਲੋਂ ਇਹ ਗੱਲ ਜਾਣਕਾਰੀ ਸਾਹਮਣੇ ਆਈ, ਹਾਲਾਂਕਿ ਉਹ ਇੱਕ ਅਖਬਾਰੀ ਰਿਪੋਰਟ ਸੀਗੀ ਫਾਈਨੈਂਸ਼ੀਅਲ ਟਾਈਮਸ ਦੀ, ਇੰਡੀਆ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਸਲਾ ਆ ਤੇ ਅਸੀਂ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੇ ਹਾਂ, ਜਾਂਚ ਕਮੇਟੀ ਵੀ ਬਣਾਈ ਇਹਨਾਂ ਨੇ। ਹਾਲਾਂਕਿ ਦੂਸਰੇ ਪਾਸੇ ਜਦੋਂ ਕੈਨੇਡਾ ਦੇ ਵਿੱਚ, ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਉੱਥੋਂ ਦੇ ਸਭ ਤੋਂ ਵੱਡੇ ਪੋਲੀਟੀਕਲ ਅਥਾਰਟੀ ਨੇ ਭਾਵ ਕਿ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਖੜ ਕੇ ਗੱਲ ਕਹੀ ਸੀ, ਉਦੋਂ ਇੰਡੀਆ ਦਾ ਪ੍ਰਤੀਕਰਮ ਵੱਖਰਾ ਸੀਗਾ। ਹਾਲਾਂਕਿ ਇਹਨਾਂ ਨੂੰ ਪਤਾ ਸੀਗਾ ਕਿ ਅਮਰੀਕਾ ਦੀ ਜਾਣਕਾਰੀ ਜਾਂ 5 Eyes ਅਲਾਇੰਸ ਦਾ ਵੀ ਜ਼ਿਕਰ ਇਹਦੇ ਵਿੱਚ ਆਇਆ ਕਿ ਉਹਨਾਂ ਮੁਲਕਾਂ ਦੇ ਧਿਆਨ ਦੇ ਵਿੱਚ ਜਾਣਕਾਰੀ ਹੈ, ਪਰ ਇੰਡੀਆ ਦਾ ਪ੍ਰਤੀਕਰਮ ਦਾ ਫਰਕ ਜਿਹੜਾ ਆ ਉਹਨੂੰ ਜ਼ਰੂਰ ਸਮਝਣਾ ਚਾਹੀਦਾ ਕਿ ਇਹਨਾਂ ਨੂੰ ਸ਼ਾਇਦ ਇਹ ਲੱਗਿਆ ਕਿ ਵੈਸਟ ਨੂੰ ਇਸ ਵੇਲੇ ਸਾਡੀ ਇੰਨੀ ਜ਼ਿਆਦਾ ਜ਼ਰੂਰਤ ਹੈਗੀ ਅਤੇ ਕੈਨੇਡਾ ਵਰਗੇ ਮੁਲਕ ਨੂੰ ਅੱਖਾਂ ਦਿਖਾ ਕੇ ਅਸੀਂ ਬਾਕੀ ਕਈਆਂ ਨੂੰ ਕੰਨ ਕਰ ਸਕਦੇ ਹਾਂ ਕਿ ਇੰਡੀਆ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਅਤੇ ਬੜੀ ਸਾਡੀ ਤਾਕਤ ਬਣ ਗਈ ਹੈ। ਅਤੇ ਇਹਦੇ ਵਿੱਚ ਜੇਕਰ ਤੁਸੀਂ ਸਾਡਾ ਕੁਝ ਵੀ ਉਜਾਗਰ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਤੁਹਾਨੂੰ ਟਿੱਚ ਨਹੀਂ ਜਾਣਾਂਗੇ। ਪਰ ਜਦੋਂ ਉਹੀ ਮਾਮਲਾ ਅਮਰੀਕਾ ਦੇ ਵਿੱਚ ਆਇਆ ਤਾਂ ਫਿਰ ਦੇਖਣ ਨੂੰ ਆਇਆ ਕਿ ਅਖਬਾਰੀ ਰਿਪੋਰਟ ਨੂੰ ਵੀ ਪੂਰੀ ਸੰਜੀਦਗੀ ਦੇ ਨਾਲ ਲੈਣ ਦੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆਉਣ ਲੱਗ ਗਈਆਂ। ਹਾਂਜੀ, ਵਾਕਈ ਇੱਦਾਂ ਹੋਇਆ। ਅੱਛਾ, ਉਸ ਵੇਲੇ ਹੁਣ ਭਾਰਤ ਦੀ ਥੋੜ੍ਹੀ ਜਿਹੀ ਸਥਿਤੀ ਜਿੱਦਾਂ ਤੁਸੀਂ ਦੱਸ ਰਹੇ ਹੋ ਕੋਈ ਬਦਲ ਗਈ, ਕੈਨੇਡਾ ਵੇਲੇ ਹੋਰ ਸੀ, ਜਦੋਂ ਅਮਰੀਕਾ ਦੇ ਵੱਲੋਂ ਹੋਇਆ ਤਾਂ ਉਸ ਵੇਲੇ ਕੁਛ ਵੱਖਰੀ ਤਰ੍ਹਾਂ ਦਾ ਹੋ ਗਿਆ। ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਹੈਗਾ ਕਿ ਹੁਣ ਭਾਈ ਅਵਤਾਰ ਸਿੰਘ ਖੰਡਾ ਜੀ ਵਾਲੀ ਵੀ ਪਹਿਲਾਂ ਆਪਾਂ ਗੱਲ ਕਰ ਲਾਂਗੇ, ਉਹ ਤੋਂ ਬਾਅਦ 2-3 ਸਵਾਲ ਹੋਰ ਹੈਗੇ ਨੇ ਮੇਰੇ ਮਨ ਦੇ। ਭਾਈ ਅਵਤਾਰ ਸਿੰਘ ਖੰਡਾ ਹੋਰਾਂ ਦੇ ਬਾਬਤ ਵੀ ਉਹ ਵੀ ਸ਼ੱਕ ਦੇ ਘੇਰੇ 'ਚ ਹੀ ਆ ਸਾਰਾ ਕੁਛ, ਇੱਕ ਨਵੀਂ ਕੋਈ ਰਿਪੋਰਟ ਉਹਦੇ। ਦੇਖੋ, ਉਸ ਸੰਬੰਧ ਦੇ ਵਿੱਚ ਜਦੋਂ ਇਹ ਘਟਨਾ ਵਾਪਰੀ ਸੀ ਅਸੀਂ ਉਦੋਂ ਵੀ, ਕਿਉਂਕਿ ਜਿਨ੍ਹਾਂ ਹਾਲਾਤਾਂ ਦੇ ਵਿੱਚ ਉਹ ਵਾਪਰੀ ਸੀਗੀ ਅਤੇ ਜੋ ਜਾਣਕਾਰੀ ਉਹਨਾਂ ਦੇ ਪਰਿਵਾਰ ਦੇ ਵੱਲੋਂ ਕਹੀ ਜਾ ਰਹੀ ਸੀਗੀ ਅਤੇ ਜਿਸ ਤਰੀਕੇ ਦਾ ਇੰਡੀਅਨ ਮੀਡੀਆ ਦੇ ਵਿੱਚ ਖਬਰਾਂ ਲੱਗ ਰਹੀਆਂ ਸੀ, ਜਿਸ ਤਰੀਕੇ ਦੇ ਨਾਲ ਅਨਆਫੀਸ਼ੀਅਲ ਬੁਲਾਰੇ ਜਿਹੜੇ ਬਣੇ ਹੋਏ ਨੇ ਰੋ ਦੇ, ਸੋ ਉਹ ਸੋਸ਼ਲ ਮੀਡੀਆ ਦੇ ਉੱਪਰ ਪਾ ਰਹੇ ਸੀ ਅਤੇ ਇੰਡੀਅਨ ਸੋਸ਼ਲ ਮੀਡੀਆ ਅਕਾਊਂਟ ਜਿਹੜਾ ਕਿ ਇੰਡੀਅਨ ਬਿਰਤਾਂਤ ਦੀ ਇੱਕ ਪੇਸ਼ਕਾਰੀ ਸਾਰੀ ਅੱਜ ਦੇ ਸਮੇਂ ਦੇ ਵਿੱਚ ਕਰਦਾ ਆ, ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਜਿਸ ਸਮੇਂ ਦੇ ਵਿੱਚ ਇਹ ਕਿਹਾ ਜਾ ਰਿਹਾ ਸੀਗਾ ਕਿ ਇਹਨੂੰ ਮੁਸਾਦ ਸਟਾਈਲ ਦੇ ਵਿੱਚ ਰੋ ਦੇ ਵੱਲੋਂ ਐਗਜ਼ੀਕਿਊਟ ਕੀਤਾ ਗਿਆ ਆ ਅਵਤਾਰ ਸਿੰਘ ਖੰਡਾ ਹੋਣਾ ਨੂੰ, ਜਿੰਨੇ ਵੀ ਸਿੱਖਾਂ ਦੇ ਸੁਹਿਰਦ ਹਿੱਸੇ ਨੇ ਉਹ ਸਾਰੇ ਇਸ ਗੱਲ ਦੇ ਵਿੱਚ ਇਹਨਾਂ ਦੇ ਰੋਲ ਨੂੰ ਕਦੀ ਵੀ ਮਨਫੀ ਕਰਕੇ ਨਹੀਂ ਸੀ ਚੱਲ ਰਹੇ, ਪਰ ਕੋਈ ਕਾਹਲੀ ਨਹੀਂ ਕੀਤੀ ਗਈ। ਸਾਰਿਆਂ ਨੇ ਕਿਹਾ ਗਿਆ ਕਿ ਇਸ ਮਾਮਲੇ 'ਚ ਸੱਚਾਈ ਸਾਹਮਣੇ ਆਵੇ। ਅਸੀਂ ਵੀ ਉਸ ਸਮੇਂ ਜੋ ਇੰਗਲੈਂਡ ਦੇ ਵਿੱਚ ਪੰਥਕ ਸਰਕਲ ਨੇ ਉਹਨਾਂ ਨੂੰ ਜਨਤਕ ਤੌਰ 'ਤੇ ਵੀ ਨਿੱਜੀ ਤੌਰ 'ਤੇ ਵੀ ਇਹੀ ਬੇਨਤੀ ਕੀਤੀ ਸੀਗੀ ਕਿ ਇਸ ਸੰਬੰਧ ਦੇ ਵਿੱਚ ਤੁਹਾਨੂੰ ਸਾਰੀ ਸਥਿਤੀ ਦੀ ਪੜਚੋਲ ਕਰਕੇ ਸੰਗਤ ਦੇ ਸਾਹਮਣੇ ਰੱਖਣੀ ਚਾਹੀਦੀ ਹੈ। ਸੋ ਉਹਨਾਂ ਦੇ ਵੱਲੋਂ, ਨੌਜਵਾਨਾਂ ਦੇ ਵੱਲੋਂ ਕਾਫੀ ਯਤਨ ਕੀਤਾ ਗਿਆ, ਔਰ ਜਦੋਂ ਭਾਈ ਅਵਤਾਰ ਸਿੰਘ ਖੰਡਾ ਹੋਣਾ ਦਾ ਅੰਤਿਮ ਸੰਸਕਾਰ ਸੀਗਾ, ਕਿਉਂਕਿ ਬਾਹਰ ਅੰਤਿਮ ਸੰਸਕਾਰ ਤੇ ਅੰਤਿਮ ਅਰਦਾਸ ਜਿਹੜਾ ਹੈ ਜਾਂ ਭੋਗ ਉਹ ਇੱਕੋ ਦਿਨ ਹੀ ਹੁੰਦਾ, ਤਾਂ ਉਹਨਾਂ ਨੇ ਉਸ ਤੋਂ ਪਹਿਲਾਂ ਜਿੰਨੇ ਵੀ ਦੁਨੀਆ ਭਰ ਦੇ ਵਿੱਚ ਸਰਗਰਮ ਸਿੱਖ ਹਿੱਸੇ ਸੀਗੇ ਉਹਨਾਂ ਦੇ ਨਾਲ ਨਿੱਜੀ ਤੌਰ 'ਤੇ ਰਾਬਤਾ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਬਕਾਇਦਾ ਇਨਵੈਸਟੀਗੇਸ਼ਨ ਕੀਤੀ ਆਪਣੇ ਤੌਰ ਦੇ ਉੱਪਰ, ਅਤੇ ਉਹਦੇ ਵਿੱਚ ਜੋ ਸਾਨੂੰ ਸਰਕਮਸਟਾਂਸ਼ੀਅਲ ਐਵੀਡੈਂਸ ਮਿਲਿਆ ਆ
ਤੇ ਜਿਸ ਤਰ੍ਹਾਂ ਦੇ ਹਾਲਾਤ ਨੇ ਤੇ ਜਿੰਨਾ ਅਸੀਂ ਯਤਨ ਕੀਤਾ ਕਿ ਇਸ ਮਾਮਲੇ ਦੇ ਵਿੱਚ ਕੀ ਕੋਈ ਵਾਕਿਆ ਹੀ ਫਾਲਟ ਪਲੇ ਹੋਇਆ ਆ, ਕੀ ਉਹਨਾਂ ਨੂੰ ਜ਼ਹਿਰ ਦਿੱਤਾ ਗਿਆ ਸੀ, ਕਿ ਜਿਸ ਤਰੀਕੇ ਦੇ ਨਾਲ ਇੰਡੀਆ ਦੀ ਖੁਫੀਆ ਏਜੰਸੀ ਰਾਹ ਦੇ ਆਪੂ ਬਣੇ ਬੁਲਾਰੇ ਗੱਲ ਕਹਿ ਰਹੇ ਕਿ ਪਲੋਨੀਅਮ ਦਾ ਵਰਤੋਂ ਹੋਈ ਹੈ, ਵੀ ਉਹਦੇ ਵਾਸਤੇ ਐਡਵਾਂਸ ਟੈਸਟ ਕਰਵਾਏ ਜਾਣ, ਪਰ ਉਹ ਕਹਿੰਦੇ ਕਿ ਹਰ ਪੈਰ ਦੇ ਉੱਪਰ ਜਿਹੜੀ ਇੰਗਲੈਂਡ ਦੀ ਪੁਲਿਸ ਸੀਗੀ, ਇੰਗਲੈਂਡ ਦਾ ਹੈਲਥ ਡਿਪਾਰਟਮੈਂਟ ਸੀਗਾ, ਉਹਨਾਂ ਦੇ ਵੱਲੋਂ ਪੈਰ ਪੈਰ ਦੇ ਉੱਪਰ ਆਪਣੇ ਪ੍ਰੋਸੀਜਰ ਜਿਹੜੇ ਆ ਉਹ ਫੋਲੋ ਨਹੀਂ ਕੀਤੇ ਗਏ, ਅਤੇ ਉਸੇ ਜੋ ਉਹਨਾਂ ਨੇ ਇਹ ਤੱਥ ਸਾਹਮਣੇ ਰੱਖੇ ਸੀ ਉਹਨਾਂ ਦੇ ਮੱਦੇਨਜ਼ਰ ਹੀ ਸੰਗਤ ਦੇ ਵੱਲੋਂ ਭਾਈ ਅਵਤਾਰ ਸਿੰਘ ਖੰਨਾ ਨੂੰ ਉਦਣ ਸ਼ਹੀਦ ਐਲਾਨਿਆ ਗਿਆ। ਹੁਣ ਜਿਹੜੀ ਰਿਪੋਰਟ ਵੀ ਸਾਹਮਣੇ ਆਈ ਆ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ, ਜਦੋਂ ਆਪਾਂ ਦੇਖਦੇ ਤਾਂ ਉਹਦੇ ਵਿੱਚ ਇੱਕ ਬੜੀ ਲੰਬੀ ਲਿਸਟ ਦਿੱਤੀ ਹੋਈ ਆ ਫੋਰੈਂਸਿਕ ਮਾਹਰਾਂ ਦੀ ਅਤੇ ਉਹਨਾਂ ਐਕਸਪਰਟਾਂ ਦੀ ਜਿਨ੍ਹਾਂ ਦੇ ਨਾਲ ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਸੰਪਰਕ ਕੀਤਾ ਗਿਆ, ਉਹਨਾਂ ਨੂੰ ਬਰੀਫਿੰਗ ਕੀਤੀ ਗਈ, ਉਹਨਾਂ ਨੂੰ ਦੱਸਿਆ ਗਿਆ, ਅਤੇ ਉਹਨਾਂ ਨੇ ਇਹੀ ਗੱਲ ਕਹੀ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਆਮ ਟੈਸਟ ਕੀਤੇ ਨੇ ਜੀ ਇੰਗਲੈਂਡ ਦੀ ਹੈਲਥ ਡਿਪਾਰਟਮੈਂਟ ਦੇ ਵੱਲੋਂ ਕਿ ਉਹਨਾਂ ਦੇ ਵਿੱਚ ਇਸ ਲੈਵਲ ਦੇ ਜਿਹੜੇ ਜ਼ਹਿਰ ਆ ਉਹ ਫੜੇ ਹੀ ਨਹੀਂ ਜਾ ਸਕਦੇ। ਉਹਨਾਂ ਨੇ ਕਿਹਾ ਕਿ ਦੁਨੀਆ ਭਰ ਦੇ ਵਿੱਚ ਜਿਹੜੀਆਂ ਆਜ਼ਾਦੀ ਪਸੰਦ ਲਹਿਰਾਂ ਹੁੰਦੀਆਂ ਉਹਨਾਂ ਦੇ ਆਗੂਆਂ ਨੂੰ ਜਾਂ ਉਹਨਾਂ ਦੇ ਕਾਰਕੁਨਾਂ ਨੂੰ ਇਸ ਤਰੀਕੇ ਦੇ ਨਾਲ ਮੁਲਕਾਂ ਦੇ ਵੱਲੋਂ ਐਗਜ਼ੀਕਿਊਟ ਕਰਨ ਦੀਆਂ ਗੱਲਾਂ ਸਾਹਮਣੇ ਆਈਆਂ ਨੇ, ਅਤੇ ਇੱਥੋਂ ਤੱਕ ਕਿ ਇੱਕ ਐਕਸਪਰਟ ਦੇ ਵੱਲੋਂ ਪ੍ਰਾਈਵੇਟ ਪੋਸਟਮਾਰਟਮ ਕਰਨ ਨੂੰ ਵੀ ਸਹਿਮਤੀ ਦੇ ਦਿੱਤੀ ਗਈ ਸੀ, ਪਰ ਇੰਗਲੈਂਡ ਦਾ ਜਿਹੜਾ ਹੈਲਥ ਡਿਪਾਰਟਮੈਂਟ ਹੈ ਉਹਨੇ ਇਸ ਗੱਲ ਦੀ ਮਨਜ਼ੂਰੀ ਨਹੀਂ ਦਿੱਤੀ, ਤਾਂ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਇੰਗਲੈਂਡ ਦੀਆਂ ਜਥੇਬੰਦੀਆਂ ਨੇ ਸਾਂਝੇ ਤੌਰ ਦੇ ਉੱਪਰ ਇਹ ਨਤੀਜਾ ਕੱਢਿਆ ਕਿ ਉਹਨਾਂ ਦੀ ਜਿਹੜੀ ਮੌਤ ਆ ਉਹ ਨੈਚੁਰਲ ਨਹੀਂ ਸੀ, ਅਤੇ ਉਹਦੇ ਪਿੱਛੇ ਇੰਡੀਅਨ ਏਜੰਸੀਆਂ ਦਾ ਹੱਥ ਹੈ, ਅਤੇ ਬ੍ਰਿਟਿਸ਼ ਅਧਿਕਾਰੀ ਜਿਹੜੇ ਨੇ ਜਾਂ ਬਰਤਾਨੀਆ ਦੀ ਜਿਹੜੀ ਸਰਕਾਰ ਹੈ ਇਹਦੇ ਉੱਪਰ ਪਰਦਾ ਪਾਉਣ ਦੇ ਵਿੱਚ ਦੋਸ਼ੀ ਹੈ। ਇਹਦਾ ਮਤਲਬ ਆਪਾਂ ਇਹ ਕਹਿ ਸਕਦੇ ਕਿ ਯੂਕੇ ਦੀ ਜਿਹੜੀ ਸਰਕਾਰ ਹੈਗੀ ਆ ਉਹ ਇੰਨੀ ਗੰਭੀਰ ਨਹੀਂ ਹੈ ਤੁਹਾਡੇ ਮਾਮਲੇ ਦੇ ਵਿੱਚ? ਦੇਖੋ ਅਜੇ ਤੱਕ ਜੋ ਵਿਹਾਰ ਸਾਹਮਣੇ ਆਇਆ ਉਹ ਇਹੀ ਆਇਆ, ਔਰ ਇਸ ਤੋਂ ਪਹਿਲਾਂ ਵੀ ਬਹੁਤ ਮਾਮਲਿਆਂ ਦੇ ਵਿੱਚ ਇਹ ਗੱਲ ਦੇਖੀ ਗਈ ਹੈ ਕਿ ਇੰਗਲੈਂਡ ਦੇ ਵਿੱਚ ਇੰਡੀਆ ਦੇ ਪ੍ਰਤੀ ਉਹਨਾਂ ਦੀ ਫੋਰਨ ਪਾਲਿਸੀ ਦੇ ਵਿੱਚ ਇੱਕ ਸੌਫਟ ਕਾਰਨਰ ਰਿਹਾ ਹੀ ਆ, ਜਿਹਦੇ ਵਿੱਚ ਵਪਾਰ ਦਾ ਜਿਹੜਾ ਹੈਗਾ ਕਿ ਇੰਡੀਆ ਦੇ ਨਾਲ ਇੰਗਲੈਂਡ ਦਾ ਜਿਹੜਾ ਵਪਾਰ ਹੈ ਉਹ ਇੱਕ ਬੜਾ ਵੱਡਾ ਸਾਧਨ ਰਿਹਾ। ਮੈਨੂੰ 2011 ਦੀ ਮੈਂ ਇੱਕ ਘਟਨਾ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ। ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਲੌਬੀ ਸੀਗੀ, ਉੱਥੇ ਉਹਨਾਂ ਦੇ ਬਰਤਾਨੀਆ ਦੇ ਜਿਹੜੇ ਪਾਰਲੀਮੈਂਟੇਰੀਅਨ ਸੀਗੇ ਉਹ ਸੀਗੇ, ਔਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਦੇ ਉੱਪਰ ਗੱਲ ਹੋਈ। ਸੋ ਕੁਝ ਮੌਕਾ ਸੀਗਾ, ਮੈਨੂੰ ਵੀ ਉਹ ਲੌਬੀ ਜਿਹੜੀ ਆ ਉੱਥੇ ਅਟੈਂਡ ਕਰਨ ਦਾ ਮੌਕਾ ਮਿਲਿਆ, ਅਤੇ ਉਹਦੇ ਵਿੱਚ ਜਦੋਂ ਅਸੀਂ ਜਿਹੜਾ ਚੇਅਰਮੈਨ ਸੀਗਾ, ਹਾਲਾਂਕਿ ਉਹ ਸਿੱਖ ਲੌਬੀ ਸੀਗੀ, ਤਾਂ ਜ਼ਾਹਰ ਜੀ ਗੱਲ ਉਹਦੇ ਵਿੱਚ ਉਹੀ ਐਮ ਪੀ ਸੀਗੇ ਜਿਹੜੇ ਸਿੱਖਾਂ ਦੇ, ਉੱਥੋਂ ਦੇ ਸਿੱਖਾਂ ਦੇ ਹਮਦਰਦ ਸੀਗੇ। ਸੋ ਜਦੋਂ ਉਹਨਾਂ ਨੂੰ ਸਾਰੇ ਤੱਥ ਐਕਸਪਲੇਨ ਕੀਤੇ ਤਾਂ ਉਹਨਾਂ ਨੂੰ ਕਿਹਾ ਕਿ ਇਸ ਸੰਬੰਧ ਵਿੱਚ ਤੁਹਾਨੂੰ ਠੋਸ ਕਾਰਵਾਈ ਕਰਨੀ ਚਾਹੀਦੀ, ਤਾਂ ਉਹਦੇ ਚੇਅਰ ਨੇ ਇਹ ਗੱਲ ਕਹੀ, ਉਹ ਕਹਿੰਦਾ ਜੀ ਦੇਖੋ ਸਾਡੇ ਇੰਡੀਆ ਦੇ ਨਾਲ ਕਲੋਨੀਅਲ ਰਿਲੇਸ਼ਨਸ ਰਹੇ ਆ, ਅਤੇ ਜਦੋਂ ਹੁਣ ਅਸੀਂ ਉਹਨਾਂ ਦੇ ਕਿਸੇ ਵੀ ਅਜਿਹੇ ਮਾਮਲੇ ਦੇ ਉੱਪਰ ਇੱਕ ਹੱਦ ਤੋਂ ਅਗਾਂਹ ਜਾ ਕੇ ਉਹਨਾਂ ਨੂੰ ਪ੍ਰੈਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਇੰਡੀਆ ਸਾਡੇ ਉੱਪਰ ਦੋਸ਼ ਲਾਉਂਦਾ ਕਿ ਤੁਸੀਂ ਅਜੇ ਵੀ ਇੱਕ ਬਸਤੀਵਾਦੀ ਹੁਕਮਰਾਨ ਦੇ ਵਾਂਗੂ ਸਾਡੇ ਨਾਲ ਵਿਹਾਰ ਕਰ ਰਹੇ ਹੋ। ਸੋ ਇਹ ਇੱਕ ਮਾਨਸਿਕਤਾ ਵੀ ਉੱਥੋਂ ਦੀ ਜਿਹੜੀ ਪੋਲੀਟੀਸ਼ੀਅਨ ਕਲਾਸ ਆ ਜਾਂ ਮਤਲਬ ਉੱਥੋਂ ਦੀ ਜਿਹੜੀ ਆਪਾਂ ਕਹਿ ਲਈਏ ਕਿ ਉੱਥੋਂ ਦੀ ਸਰਕਾਰ ਆ ਉਹਦੀ ਮਨੋਦਸ਼ਾ ਨੂੰ ਦਰਸਾਉਂਦੀ ਹੈ, ਔਰ ਇਸ ਮਾਮਲੇ ਦੇ ਵਿੱਚ ਇਹ ਗੱਲ ਜਿਹੜੀ ਆ ਆਪਾਂ ਦੇਖ ਸਕਦੇ ਹਾਂ ਕਿ ਜਿਸ ਤਰ੍ਹਾਂ ਆਸਟ੍ਰੇਲੀਆ ਦੇ ਜਿਹੜਾ ਉਹਨਾਂ ਦੀ ਖੁਫੀਆ ਏਜੰਸੀਆਂ ਦਾ ਮੁਖੀ ਸੀਗਾ, ਉਹਨੇ ਫਾਈਵ ਆਈਜ਼ ਅਲਾਇੰਸ ਦੀ ਮੀਟਿੰਗ ਤੋਂ ਬਾਅਦ ਜਿਹੜੀ ਇੰਟਰਵਿਊ ਦਿੱਤੀ ਉਹਨੇ ਬਹੁਤ ਪ੍ਰਤੱਖ ਰੂਪ ਦੇ ਵਿੱਚ ਗੱਲਾਂ ਕਹੀਆਂ। ਸੋ ਫਾਈਵ ਆਈਜ਼ ਦੇ ਵਿੱਚੋਂ ਜੇਕਰ ਅਜੇ ਤੱਕ ਕਿਸੇ ਨੇ ਇੰਨੀ ਖੁੱਲ੍ਹ ਕੇ ਗੱਲ ਨਹੀਂ ਕੀਤੀ ਤਾਂ ਇੰਗਲੈਂਡ ਨੇ ਹੀ ਨਹੀਂ ਕੀਤੀ। ਹਾਂਜੀ, ਇਸੇ ਕਰਕੇ ਨਹੀਂ ਕੀਤੀ, ਵਪਾਰਕ ਜਿਹੜੇ ਰਿਸ਼ਤੇ ਹੈਗੇ ਉਹ ਵਿੱਚ ਉਹਨਾਂ ਨੂੰ ਲੱਗਦਾ। ਅੱਛਾ, ਇੱਕ ਗੱਲ ਹੋਰ ਹੈਗੀ ਆ, ਜਿੱਦਾਂ ਭਾਰਤ ਦੀ ਆਪਾਂ ਗੱਲ ਕੀਤੀ ਆ, ਕੈਨੇਡਾ ਬਾਰੇ ਭਾਰਤ ਗੰਭੀਰ ਨਹੀਂ ਹੁੰਦਾ, ਅਮਰੀਕਾ ਬਾਰੇ ਜਿਹੜਾ ਭਾਰਤ ਗੰਭੀਰ ਹੁੰਦਾ ਹੈਗਾ ਅਤੇ ਸੋਚਣ ਦੀ ਮਜਬੂਰੀ ਵੀ ਹੁੰਦਾ ਹੋਊਗਾ ਬਹੁਤ ਕੁਛ, ਪਰ ਆਹ ਤੁਸੀਂ ਦੇਖੋ ਪਿਛਲੇ ਦਿਨੇ ਭਾਈ ਰਾਜੋਵਾਲਾ ਦੇ ਸੰਬੰਧ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੀ ਪਾਰਲੀਮੈਂਟ ਦੇ ਵਿੱਚ ਬਕਾਇਦਾ ਖੜੇ ਹੋ ਕੇ ਇਹ ਗੱਲ ਕਹਿ ਰਹੇ ਆ, ਕਹਿੰਦੇ ਜਿਹਨੂੰ ਪਛਤਾਵਾ ਹੀ ਕੋਈ ਨਹੀਂ ਹੈਗਾ ਉਹਨੂੰ ਰਹਿਮ ਕਾਹਦਾ, ਮਤਲਬ ਉਹ ਇੱਦਾਂ ਦੀ ਗੱਲ ਕਰ ਰਹੇ ਨੇ।
ਤੋ ਮੈਂ ਉਸ ਗੱਲ ਤੋਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿੱਦਾਂ ਮੰਨਿਆ ਜਾਵੇ ਵੀ ਭਾਰਤ ਦੀ ਜਿਹੜੀ ਸਰਕਾਰ ਹੈਗੀ ਆ ਅਮਰੀਕਾ ਭਾਵੇਂ ਤੁਹਾਨੂੰ ਇਹਨਾਂ ਵੱਲ ਜਿੰਨਾ ਮਰਜ਼ੀ ਉਂਗਲ ਕਰੇ ਪਰ ਤੁਹਾਡੇ ਪ੍ਰਤੀ ਇਹਨਾਂ ਦਾ ਰਵੱਈਆ ਜਿਹੜਾ ਹੈਗਾ ਉਹ ਹਾਲੇ ਵੀ ਇੱਦਾਂ ਦਾ ਹੀ ਆ। ਦੇਖੋ ਇਹਦੇ ਵਿੱਚ ਦੋ ਤਿੰਨ ਗੱਲਾਂ ਦੇਖਣ ਵਾਲੀਆਂ ਹੈਗੀਆਂ। ਇੱਕ ਤਾਂ ਜਿਹੜੀ ਗੱਲ ਹਰਸਿਮਰਤ ਬਾਦਲ ਦੇ ਵੱਲੋਂ ਚੱਕੀ ਗਈ ਉਹ ਆਪ ਹੀ ਮਰਸੀ ਪਟੀਸ਼ਨ ਕਹਿ ਰਹੀ ਆ, ਹਾਲਾਂਕਿ ਮੇਰੇ ਮੁਤਾਬਕ ਜੇ ਕਾਨੂੰਨੀ ਤੇ ਸੰਵਿਧਾਨਕ ਤੌਰ ਦੇ ਉੱਪਰ ਦੇਖਿਆ ਜਾਵੇ ਇਹਨੂੰ ਮਰਸੀ ਪਟੀਸ਼ਨ ਕਹਿਣਾ ਹੀ ਗਲਤ ਹੈ, ਕਿਉਂਕਿ ਮਰਸੀ ਜਿਹੜੀ ਹੈ ਉਹ ਕੋਈ ਆਧਾਰ ਨਹੀਂ ਹੈ। ਇਹ ਜਿਹੜੀ ਪਟੀਸ਼ਨ ਆ ਉਹ ਆਰਟੀਕਲ 72 ਦੇ ਤਹਿਤ ਪੈਂਦੀ ਹੈ ਰਾਸ਼ਟਰਪਤੀ ਦੇ ਕੋਲ, ਔਰ ਇਹਨੂੰ ਕੌਨਸਟੀਟਿਊਸ਼ਨਲ ਰਿਵਿਊ ਪਟੀਸ਼ਨ ਕਹਿ ਸਕਦੇ ਕਿ ਜਦੋਂ ਇੱਕ ਸਜ਼ਾ ਜਿਹੜੀ ਅਦਾਲਤਾਂ ਦੇ ਪ੍ਰੋਸੈਸ ਤੋਂ ਅੱਗੇ ਚਲੀ ਗਈ ਤਾਂ ਸੰਵਿਧਾਨਕ ਤੌਰ ਦੇ ਉੱਪਰ ਇੰਡੀਆ ਦੇ ਰਾਸ਼ਟਰਪਤੀ ਦੇ ਕੋਲ ਇਹ ਤਾਕਤ ਹੈਗੀ ਆ ਕਿ ਉਹ ਉਹਨੂੰ ਰਿਵਿਊ ਕਰ ਸਕਦਾ ਆ। ਸੋ ਇਹਨੂੰ ਕੌਨਸਟੀਟਿਊਸ਼ਨਲ ਰਿਵਿਊ ਪਟੀਸ਼ਨ ਕਹਿ ਕੇ ਮੁਖਾਤਿਬ ਹੋਣਾ ਚਾਹੀਦਾ। ਦੂਸਰੀ ਗੱਲ, ਇੰਡੀਆ ਦੇ ਸੁਪਰੀਮ ਕੋਰਟ ਨੇ ਜਿਹੜੀਆਂ ਗਾਈਡਲਾਈਨਸ ਦਿੱਤੀਆਂ ਨੇ ਜਿਨ੍ਹਾਂ ਦੇ ਮੁਤਾਬਕ ਇਹਦਾ ਫੈਸਲਾ ਹੋਣਾ ਚਾਹੀਦਾ ਆ, ਉਹਦੇ ਵਿੱਚ ਦਇਆ ਜਾਂ ਮਰਸੀ ਜਿਹੜੀ ਹੈ ਉਹ ਕੋਈ ਆਧਾਰ ਨਹੀਂ ਹੈਗਾ। ਸੋ ਦਇਆ ਦੇ ਆਧਾਰ ਤੇ ਤੁਸੀਂ ਕਹੋ ਵੀ ਸਾਨੂੰ ਬੜੀ ਦਇਆ ਆ ਗਈ ਇਹਦੇ ਉੱਪਰ, ਉਹਦੀ ਕਾਨੂੰਨ ਦੀ ਇੰਡੀਆ ਦੇ ਆਪਣੇ ਕਾਨੂੰਨ ਜਾਂ ਇੰਡੀਆ ਦੇ ਆਪਣੇ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਦੇ ਮੁਤਾਬਕ ਉਹਦੀ ਕੋਈ ਮਾਨਤਾ ਨਹੀਂ ਹੈਗੀ। ਹੁਣ ਅਮਿਤ ਸ਼ਾਹ ਨੂੰ ਵੀ ਪਤਾ ਹੈ ਕਿ ਚੱਲ ਕੀ ਰਿਹਾ। ਜਿਸ ਸਮੇਂ ਬਾਦਲਾਂ ਦੀ ਬਣਦੀ ਸੀਗੀ ਕੇਂਦਰ ਦੇ ਨਾਲ, ਕੇਂਦਰ ਦੀ ਸੱਤਾ ਦੇ ਵਿੱਚ ਭਾਈਵਾਲ ਸੀਗੇ, ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਸੀਗੀ, ਜਦੋਂ ਇਹ ਉਹਨਾਂ ਦੇ ਕੋਲੋਂ ਕੋਈ ਵੀ ਕੰਮ ਬੰਦੀ ਸਿੰਘਾਂ ਦੇ ਮਾਮਲੇ 'ਚ ਕਰਵਾ ਸਕਦੇ ਸੀ, ਉਦੋਂ ਤਾਂ ਇਹਨਾਂ ਨੇ ਕੀਤਾ ਨਹੀਂ। ਹੁਣ ਪੰਜਾਬ ਦੀ ਸੱਤਾ ਤੋਂ ਤੁਸੀਂ ਬਾਹਰ ਹੋ, ਭਾਜਪਾ ਦੇ ਨਾਲ ਤੁਹਾਡੀ ਬਣਦੀ ਨਹੀਂ, ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਤੁਸੀਂ ਕਿਸੇ ਵੀ ਐਸੇ ਮਸਲੇ ਨੂੰ ਹੱਥ ਲਾਓਗੇ, ਜਿਹੜੇ ਮਸਲੇ ਨੂੰ ਹੱਥ ਲਾਓਗੇ ਭਾਜਪਾ ਕਦੀ ਉਸ ਮਸਲੇ ਨੂੰ ਹੱਲ ਨਹੀਂ ਕਰੂਗੀ। ਜੇ ਤੁਸੀਂ ਸੁਣੋਗੇ ਤਾਂ ਅਮਿਤ ਸ਼ਾਹ ਕਹਿ ਵੀ ਰਿਹਾ ਕਿ ਬਹਿ ਜਾਓ ਬੀਬੀ ਮੈਨੂੰ ਬੋਲ ਲੈਣ ਦਿਓ, ਮੈਨੂੰ ਪਤਾ ਤੁਸੀਂ ਕੀ ਗੱਲ ਕਰਨੀ ਚਾਹ ਰਹੇ ਹੋ। ਸੋ ਬੇਸਿਕਲੀ ਹੋ ਇਹ ਰਿਹਾ ਕਿ ਇਹ ਆਪਣੇ ਮੁਫਾਦਾਂ ਦੇ ਵਾਸਤੇ ਹੁਣ ਬੀਜੇਪੀ ਦੇ ਨੇੜੇ ਲੱਗਣ ਦੇ ਲਈ ਬੰਦੀ ਸਿੰਘਾਂ ਦੇ ਮਾਮਲੇ ਨੂੰ, ਬੇਅਦਬੀਆਂ ਦੇ ਮਾਮਲੇ ਨੂੰ ਜਾਂ ਮਾਫ਼ੀ ਮੰਗ ਕੇ ਉਹਨੂੰ ਇੱਕ ਪੌੜੀ ਬਣਾ ਰਹੇ ਹੈ, ਅਤੇ ਇਹ ਗੱਲ ਵਾਪਰਨੀ ਨਹੀਂ ਹੈ। ਉਹ ਇਸ ਕਰਕੇ ਨਹੀਂ ਵਾਪਰਨੀ ਕਿਉਂਕਿ ਜਿਹੜੀ ਹੁਣ 2014 ਤੋਂ ਬਾਅਦ ਇੰਡੀਆ ਦੇ ਵਿੱਚ ਨਵੀਆਂ ਲੀਹਾਂ ਦੇ ਉੱਤੇ ਰਾਜਤੰਤਰੀ ਢਾਂਚਾ ਉਸਰਿਆ, ਜਾਂ ਆਪਾਂ ਕਹੀਏ ਕਿ ਨਵੀਂ ਤਰ੍ਹਾਂ ਦੀ ਸਟੇਟ ਕ੍ਰਾਫਟ ਹੋਈ ਹੈ ਇੰਡੀਆ ਦੇ ਵਿੱਚ, 2014 ਤੋਂ ਪਹਿਲਾਂ ਵਾਲਾ ਜਿਹੜਾ ਰਾਜਤੰਤਰੀ ਢਾਂਚਾ ਸੀਗਾ ਉਹਨਾਂ ਦੀ ਇਹ ਨੀਤੀ ਸੀਗੀ ਕਿ ਉਹ ਸਿੱਖਾਂ ਜਾਂ ਕਸ਼ਮੀਰੀਆਂ ਜਾਂ ਅਜਿਹੇ ਹੋਰ ਕੌਮੀਅਤਾਂ ਦੇ ਕੌਮਾਂ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਵਿੱਚੋਂ ਹੀ ਇੱਕ ਵਰਗ ਨੂੰ ਆਪਣੇ ਨਾਲ ਲਾ ਲੈਂਦੇ ਸੀਗੇ, ਉਹਨਾਂ ਦੇ ਰਾਹੀਂ ਉਹਨਾਂ ਨੂੰ ਕਾਬੂ ਹੇਠ ਰੱਖਦੇ, ਜਿੱਦਾਂ ਪੰਜਾਬ ਦੇ ਵਿੱਚ ਬਾਦਲਾਂ ਅਮਰਿੰਦਰਾਂ ਦੇ ਰਾਹੀਂ ਰੱਖਦੇ ਸੀਗੇ, ਉੱਧਰ ਮਹਿਬੂਬਾ ਮੁਫਤੀ ਜਾਂ ਅਬਦੁੱਲਾ ਪਰਿਵਾਰ ਸੀਗਾ। ਅਤੇ ਪਰ ਜਦੋਂ 2019 ਦੇ ਵਿੱਚ ਇਹਨਾਂ ਨੇ ਜਿਹੜੀ ਸਰਕਾਰ ਮਹਿਬੂਬਾ ਮੁਫਤੀ ਦੀ ਕਸ਼ਮੀਰ ਦੇ ਵਿੱਚ ਸੁੱਟੀ, ਉਹਦੇ ਤੋਂ ਇਹ ਗੱਲ ਸਪਸ਼ਟ ਹੋ ਗਈ ਸੀ ਹੁਣ ਇਹ ਕਿਸੇ ਦੇ ਰਾਹੀਂ ਕਾਬੂ ਕਰਨ ਦੀ ਸਥਿਤੀ 'ਚ ਨਹੀਂ ਹੈ। ਇਹ ਸਾਰਿਆਂ ਨੂੰ ਖਿਲਾਰ ਕੇ ਬੇਦਿਲੀ ਲਿਆ ਕੇ ਆਪ ਸਿੱਧਾ ਆਉਣਾ ਚਾਹੁੰਦੇ ਆ। ਸੋ ਇਸ ਕਰਕੇ ਇਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਕਿ ਹੁਣ ਦੀ ਜੋ ਸਥਿਤੀ ਹੈ ਉਹਦੇ ਵਿੱਚ ਇੰਡੀਆ ਨੇ ਸਿੱਖਾਂ ਨੂੰ ਸਾਰੀ ਦੁਨੀਆ ਭਰ ਦੇ ਵਿੱਚ ਹੀ, ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ, ਬਾਕੀ ਸੰਸਾਰ ਦੇ ਵਿੱਚ ਡੀਲ ਕਿੱਦਾਂ ਕਰਨਾ ਆ ਉਹਦੇ ਉਹਨੇ ਇਨਫ ਐਵੀਡੈਂਸ ਜਾਂ ਆਪਾਂ ਕਹੀਏ ਵੀ ਛਾਪ ਜਿਹੜੀ ਆ ਉਹ ਸਾਹਮਣੇ ਲੈ ਆਉਂਦੀ ਆ। ਸੋ ਇਹ ਹੁਣ ਸਿੱਖਾਂ ਦੇ ਵਾਸਤੇ ਸੋਚਣ ਦਾ ਸਮਾਂ ਹੈਗਾ, ਇਕੱਲਾ ਸੰਘਰਸ਼ ਵਾਲੇ ਸਿੱਖਾਂ ਦੇ ਲਈ ਨਹੀਂ, ਜਿਹੜੇ ਵਿਦ ਇਨ ਇੰਡੀਆ ਰਾਜਨੀਤੀ ਕਰਨ ਦੀ ਸੋਚਦੇ ਸੀਗੇ, ਜਿਨ੍ਹਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਭਾਜਪਾ ਦੇ ਨਾਲ ਨੇੜਤਾ ਕਰਕੇ ਕੋਈ ਕਿਸੇ ਤਰੀਕੇ ਦੇ ਨਾਲ ਅਸੀਂ ਮਤਲਬ ਸੱਤਾ ਦੇ ਨੇੜੇ ਜਾ ਸਕਦੇ ਹਾਂ, ਕਿੰਨੇ ਬੰਦੇ ਚਲੋ ਨਾਂ ਲੈਣ ਦੀ ਜ਼ਰੂਰਤ ਨਹੀਂ ਹੈ, ਪਰ ਕਿੰਨਿਆਂ ਦਾ ਤਜ਼ਰਬਾ ਇਹ ਹੋ ਗਿਆ ਕਿ ਜਿੰਨੇ ਵੀ ਉਹਨਾਂ ਦੇ ਨਾਲ ਨੇੜਤਾ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਦੀ ਕਹੀ ਕੋਈ ਗੱਲ ਨਹੀਂ ਮੰਨੀ, ਸਾਰਿਆਂ ਨੂੰ ਦਾਗੀ ਕੀਤਾ, ਸਮਾਂ ਠਿੱਠ ਕੀਤਾ, ਇਹੀ ਇਸੇ ਕਰਕੇ ਹੁਣ ਦੀ ਸਥਿਤੀ ਦੇ ਵਿੱਚ ਆਏ ਨੇ। ਸੋ ਇਹ ਜਿਹੜੇ ਇਹ ਹਿੱਸੇ ਵੀ ਹੈਗੇ ਨੇ, ਚਾਹੇ ਉਹ ਬਾਦਲ ਨੇ, ਚਾਹੇ ਬਾਦਲਾਂ ਵਰਗੇ ਹੋਰ ਨੇ, ਚਾਹੇ ਇਹਨਾਂ ਤੋਂ ਵੱਖਰੇ ਕਹਾਉਣ ਵਾਲੇ ਇਸ ਦਾਇਰੇ ਦੇ ਵਿੱਚ ਵਿਚਰਨ ਵਾਲੇ ਆ, ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਕਿ ਜਿਸ ਸਥਿਤੀ 'ਚ ਆਪਾਂ ਹੁਣ ਹੈ ਇਹਦੇ ਵਿੱਚੋਂ ਅਗਲਾ ਰਾਹ ਜਿਹੜਾ ਆ ਉਹ ਸੰਘਰਸ਼ ਦਾ ਹੈ।
ਮਤਲਬ ਕਿ ਅਮਿਤ ਸ਼ਾਹ ਦਾ ਜਿਹੜਾ ਉਹ ਬਿਆਨ ਹੈਗਾ, ਜਿਹੜੀ ਅਮਿਤ ਸ਼ਾਹ ਨੇ ਉੱਥੇ ਗੱਲ ਕਹੀ ਹੈਗੀ ਪਾਰਲੀਮੈਂਟ ਵਿੱਚ ਖਲੋ ਕੇ, ਮਤਲਬ ਤੁਹਾਨੂੰ ਲੱਗਦਾ ਕਿ ਉਹ ਗੱਲ ਇੱਦਾਂ ਮੰਨਣੀ ਚਾਹੀਦੀ ਹੈ, ਸਿੱਖ ਕੌਮ ਨੂੰ ਉਹਨੂੰ ਇੱਦਾਂ ਲੈਣਾ ਚਾਹੀਦਾ ਕਿ ਉਹਨਾਂ ਨੇ ਉਹ ਬੀਬੀ ਨੂੰ ਕਿਹਾ ਹੈਗਾ, ਨਾ ਕਿ ਸਿੱਖ ਕੌਮ ਨੂੰ ਇੱਦਾਂ ਕਹਿ ਰਿਹਾ ਉਹ, ਇੱਦਾਂ ਕਿਤੇ ਕੁਛ ਨਹੀਂ ਨਹੀਂ ਦੇਖੋ ਉਹਨਾਂ ਨੇ ਤਾਂ, ਮੈਂ ਤਾਂ ਇਹ ਗੱਲ ਸਪਸ਼ਟ ਕਹਿਣਾ ਕਿ ਜਿੰਨੀ ਵੀ ਸਿੱਖਾਂ ਦੀ ਪੋਲੀਟੀਕਲ ਕਲਾਸ ਜਿਹੜੀ ਕਿ ਬੀਜੇਪੀ ਦੇ ਨਾਲ ਨੇੜਤਾ ਕਰਕੇ ਕੋਈ ਸੱਤਾ ਦੇ ਆਨੰਦ ਮਾਣਨ ਦੇ ਚੱਕਰ ਦੇ ਵਿੱਚ ਸੀਗੀ, ਉਹਨਾਂ ਸਾਰਿਆਂ ਨੂੰ ਕਿਹਾ ਆ। ਔਰ ਦੂਸਰੀ ਗੱਲ ਇਹ ਵੀ ਦੇਖਣੀ ਚਾਹੀਦੀ ਕਿ 2019 ਤੋਂ ਲੈ ਕੇ ਹੁਣ ਤੱਕ ਕਿੰਨਾ ਫਰਕ ਪੈ ਗਿਆ। 2019 ਦੇ ਵਿੱਚ ਇਹੀ ਅਮਿਤ ਸ਼ਾਹ ਹੋਮ ਮਿਨਿਸਟਰ ਸੀਗੇ, ਇਹਨਾਂ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਿਹੜਾ ਆ ਉਹ ਕੱਢਿਆ ਜਾਂਦਾ ਜਿਹਦੇ 'ਚ ਕਿਹਾ ਜਾਂਦਾ ਕਿ ਭਾਈ ਰਾਜੋਆਣਾ ਦੀ ਜਿਹੜੀ ਫਾਂਸੀ ਆ ਉਹ ਉਮਰ ਕੈਦ ਦੇ ਵਿੱਚ ਬਦਲੀ ਜਾਊਗੀ, ਔਰ ਉਹੀ ਉਹਦੇ ਤੋਂ ਹੀ ਸਰਕਾਰ ਜਿਹੜੀ ਆ ਉਹ ਹੁਣ ਮੁਨਕਰ ਹੋ ਰਹੀ ਹੈ। ਉਹਦਾ ਕਾਰਨ ਅਸਲ ਦੇ ਵਿੱਚ ਇਹ ਹੈਗਾ ਕਿ ਜੋ ਹੁਣ ਸਥਿਤੀ ਬਣੀ ਹੈ ਖਾਸ ਕਰਕੇ ਕਿਸਾਨੀ ਸੰਘਰਸ਼ ਤੋਂ ਬਾਅਦ, ਹਾਂਜੀ, ਅਤੇ ਜਿੰਨੀ ਤੇਜ਼ੀ ਦੇ ਨਾਲ ਕੌਮਾਂਤਰੀ ਹਾਲਾਤ ਬਦਲ ਰਹੇ ਨੇ ਉਹਦੇ ਵਿੱਚ ਜੋ ਮੌਜੂਦਾ ਸਰਕਾਰ ਹੈ ਇੰਡੀਆ ਦੀ ਉਹਨੀ ਸਿੱਖਾਂ ਨੂੰ ਡੀਲ ਕਰਨ ਦੀ, ਸਿੱਧੇ ਤੌਰ ਦੇ ਉੱਪਰ ਡੀਲ ਕਰਨ ਦੀ ਇੱਕ ਪੋਲਿਸੀ ਜਿਹੜੀ ਆ ਉਹ ਅਪਣਾ ਲਈ ਹੈ। ਉਹਨਾਂ ਨੂੰ ਸਿਰਫ ਉਹੀ ਸਿੱਖ ਪ੍ਰਵਾਨ ਹੈ ਜਿਹੜਾ ਬਿਲਕੁਲ ਉਹਨਾਂ ਦੇ ਅੰਡਰ ਦੋਮ ਪੱਧਰ ਦੇ ਉੱਪਰ ਬਣ ਕੇ ਵਿਚਰਨਾ ਚਾਹੁੰਦਾ ਹੈ। ਸੋ ਉਹਦੇ ਵਿੱਚੋਂ ਆਪਾਂ ਇਹ ਗੱਲ ਦੇਖ ਸਕਦੇ ਹਾਂ ਕਿ ਪਿਛਲੇ ਸਮੇਂ ਦੇ ਦੌਰਾਨ ਜਿਸ ਤਰੀਕੇ ਦੇ ਨਾਲ ਟਰਮੀਨੋਲੋਜੀ ਦਾ ਬਦਲਾਅ ਆਇਆ ਸਰਕਾਰੀ ਪੱਧਰ 'ਤੇ, ਇੰਡੀਆ ਦੇ ਖਬਰਖਾਨੇ ਦੇ ਪੱਧਰ 'ਤੇ, ਪਹਿਲਾਂ ਆਮ ਤੌਰ ਦੇ ਉੱਪਰ ਸਿੱਖ ਐਕਸਟ੍ਰੀਮਿਜ਼ਮ ਲਫ਼ਜ਼ ਜਿਹੜਾ ਆ ਉਹ ਵਰਤਿਆ ਜਾਂਦਾ ਸੀਗਾ। ਪਿਛਲੇ ਸਮੇਂ ਦੇ ਦੌਰਾਨ ਤੁਹਾਨੂੰ ਸਿੱਖ ਐਕਸਟ੍ਰੀਮਿਸਟ ਲਫ਼ਜ਼ ਜਿਹੜਾ ਆ ਉਹ ਕਿਤੇ ਨਹੀਂ ਮਿਲੂਗਾ, ਖਾਲਿਸਤਾਨੀ ਟੈਰਰਿਸਟ ਲਫ਼ਜ਼ ਜਿਹੜਾ ਆ ਉਹੀ ਮਿਲੂਗਾ। ਸੋ ਇਹ ਤਬਦੀਲੀ ਇਸ ਕਰਕੇ ਆਈ ਕਿਉਂਕਿ ਉਹ ਸਿੱਖਾਂ ਨੂੰ ਰੀਡਿਫਾਈਨ ਕਰਨਾ ਚਾਹੁੰਦੇ ਆ, ਉਹ ਇਹ ਦਰਸਾਉਣਾ ਚਾਹੁੰਦੇ ਆ ਕਿ ਜਿਹੜਾ ਤਾਂ ਇੰਡੀਆ ਦੇ ਮਤਹਿਤ ਹੋ ਕੇ ਚੱਲਣ ਵਾਲਾ, ਆਪਦੀ ਆਜ਼ਾਦੀ ਦੀ ਗੱਲ ਨਾ ਕਰਨ ਵਾਲਾ, ਜਾਂ ਈਵਨ ਇੰਡੀਆ ਦੇ ਢਾਂਚੇ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਮਤਲਬ ਭਾਜਪਾ ਤੋਂ ਬਾਹਰੀ ਵੱਖਰੀ ਹੋਂਦ ਨਾ ਰੱਖਣ ਵਾਲਾ ਸਿੱਖ ਹੈ, ਉਹ ਤਾਂ ਸਿੱਖ ਦੇ ਤੌਰ ਦੇ ਉੱਪਰ ਪ੍ਰਵਾਨ ਹੈਗਾ। ਅਤੇ ਜਿਹੜਾ ਕੋਈ ਆਪਦੀ ਥੋੜ੍ਹੀ ਬਹੁਤੀ ਵੀ ਗੱਲ ਰੱਖਦਾ ਆ ਆਪਦੀ ਅਣਖ ਦੇ ਵਾਸਤੇ ਜਾਂ ਆਪਦੀ ਆਜ਼ਾਦੀ ਦੇ ਵਾਸਤੇ ਖੜ੍ਹਨ ਵਾਲਾ, ਉਹਨੂੰ ਬਿਲਕੁਲ ਖਾਲਿਸਤਾਨੀ ਟੈਰਰਿਸਟ ਕਹਿ ਕੇ ਅਤੇ ਇਸ ਤਰੀਕੇ ਦੇ ਨਾਲ ਟਾਰਗੇਟ ਕੀਤਾ ਜਾ ਸਕਦਾ। ਔਰ ਇਸੇ ਤਰ੍ਹਾਂ ਦੇ ਹਾਲਾਤ ਜਿਹੜੇ ਆ, ਬੇਸ਼ੱਕ ਭਾਜਪਾ ਆਪਣੇ ਆਪ ਨੂੰ ਕਾਂਗਰਸ ਜਾਂ ਇੰਦਰਾ ਗਾਂਧੀ ਤੋਂ ਜਿੰਨਾ ਮਰਜ਼ੀ ਵੱਖ ਦੱਸਦੀ ਹੋਵੇ, ਇਸ ਮਾਮਲੇ ਦੇ ਵਿੱਚ ਇਹ ਬਿਲਕੁਲ ਇੰਦਰਾ ਗਾਂਧੀ ਦੀ ਪਲੇ ਬੁੱਕ ਨੂੰ ਹੀ ਰਿਪੀਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਹਾਂਜੀ, ਅੱਛਾ ਇੱਕ ਗੱਲ ਹੋਰ, ਜਿਵੇਂ ਅੰਤਰਰਾਸ਼ਟਰੀ ਪੱਧਰ ਦੇ ਉੱਪਰ, ਕੌਮਾਂਤਰੀ ਪੱਧਰ ਦੇ ਉੱਪਰ ਜਿੱਦਾਂ ਤੁਸੀਂ ਦੱਸਿਆ, ਜਿੱਦਾਂ ਵੀ ਸਮੀਕਰਨ ਹੁਣ ਬਹੁਤ ਕੁਛ ਚੇਂਜ ਹੋ ਰਿਹਾ, ਕਈ ਵਾਰ ਇੱਦਾਂ ਲੱਗਦਾ ਹੈਗਾ, ਹੁਣ ਵਿੱਚ ਤੁਸੀਂ ਜਿੱਦਾਂ ਆਖਿਆ ਸੀਗਾ ਕਿ UK ਦੀ ਜਿਹੜੀ ਸਰਕਾਰ ਹੈਗੀ ਆ ਉਹ ਜਿਹੜੇ ਵਪਾਰਕ ਰਿਸ਼ਤੇ ਹੈਗੇ ਆ ਉਹਨੂੰ ਤਵੱਜੋ ਦਿੰਦੀ ਆ ਪਹਿਲ ਦੇ ਆਧਾਰ ਦੇ ਉੱਪਰ, ਇੱਦਾਂ ਹੀ ਅਮਰੀਕਾ ਹੋ ਗਿਆ ਜਾਂ ਕੈਨੇਡਾ ਹੋ ਗਿਆ, ਤਾਂ ਤੁਹਾਨੂੰ ਲੱਗਦਾ ਕਿ ਉਹ ਆਪਣੇ ਵਪਾਰਕ ਰਿਸ਼ਤਿਆਂ ਨੂੰ ਭਾਰਤ ਨਾਲੋਂ ਲਾਂਭੇ ਰੱਖ ਕੇ ਅਤੇ ਤੁਹਾਡੇ ਮਸਲਿਆਂ ਨੂੰ ਜ਼ਿਆਦਾ ਤਵੱਜੋ ਦੇਣਗੇ? ਕਿਉਂਕਿ ਸਾਡੇ ਕਈ ਵਾਰ ਸਿੱਖ ਨਾ ਇੱਦਾਂ ਸੋਸ਼ਲ ਮੀਡੀਆ 'ਤੇ ਆਪਾਂ ਵੇਖਦੇ ਹਾਂ, ਬਹੁਤ ਸਾਰੇ ਸਿੱਖਾਂ ਨੂੰ ਇਹ ਲੱਗਦਾ ਕਿ ਦੇਖੋ ਜੀ ਹੁਣ ਉਹ ਮੁਲਕ ਵੀ ਤੁਹਾਡੇ ਨਾਲ ਖੜਨ ਲੱਗ ਪਏ ਨੇ ਖਾਲਸਾ ਜੀ, ਇਸ ਕਰਕੇ ਤੁਸੀਂ ਵੀ ਆਪਣੇ ਆਪ ਦੇ ਨਾਲ ਖੜੋ। ਦੇਖੋ ਇਹ ਸਥਿਤੀ ਬਣਦੀ ਹੋਈ ਪਿਛਲੇ ਲਗਭਗ 10 ਸਾਲ ਤੋਂ ਨਜ਼ਰ ਆ ਰਹੀ ਸੀਗੀ, ਕਿਉਂਕਿ ਜਿਸ ਤਰੀਕੇ ਦੇ ਨਾਲ ਏਸ਼ੀਆ ਦੇ ਵਿੱਚੋਂ ਚੀਨ ਦਾ ਉਭਾਰ ਹੋ ਰਿਹਾ ਸੀਗਾ, ਇਹ ਗੱਲ ਸਪਸ਼ਟ ਸੀਗੀ ਕਿ ਜਿਹੜਾ ਇਹ 2020 ਤੋਂ ਲੈ ਕੇ 30 ਤੱਕ ਦਾ ਦਹਾਕਾ ਹੈਗਾ ਕਿ ਇਹਦੇ ਵਿੱਚ ਅਮਰੀਕਾ ਦੀ ਜਿਹੜੀ ਦੁਨੀਆਂ ਦੀ ਸਰਪੰਚੀ ਅਮਰੀਕਾ ਦੇ ਕੋਲ ਰਹੀ ਆ ਉਹਨੂੰ ਚੀਨ ਦੇ ਵੱਲੋਂ ਚੁਣੌਤੀ ਦਿੱਤੀ ਜਾਣੀ ਆ। 2022 ਦਾ ਸੀਗਾ, ਚਲੋ ਜਿਸ ਤਰੀਕੇ ਦੇ ਪਾਕਿਸਤਾਨ ਦੇ ਹਾਲਾਤ ਬਦਲੇ ਇਮਰਾਨ ਖਾਨ ਦੀ ਸਰਕਾਰ ਡਿੱਗਣ ਤੋਂ ਬਾਅਦ, ਨਹੀਂ ਤਾਂ CPAC ਚੱਲਣ ਦੀ ਜਿਹੜੀ ਮਿਆਦ ਸੀਗੀ ਉਹ 2020 ਦੇ ਵਿੱਚ ਚੀਨ ਦੇ ਵੱਲੋਂ ਸ਼ੁਰੂ ਕਰ ਦਿੱਤਾ ਜਾਣਾ ਸੀਗਾ। ਸੋ ਉਹ ਸਾਰੇ ਕਾਸੇ ਦੇ ਮੱਦੇਨਜ਼ਰ ਇਹ ਗੱਲ ਸਪਸ਼ਟ ਸੀਗੀ ਲਗਭਗ ਪਿਛਲੇ 10 ਸਾਲ ਤੋਂ ਨਜ਼ਰ ਆ ਰਹੀ ਸੀਗੀ ਕਿ ਕੌਮਾਂਤਰੀ ਪੱਧਰ ਦੇ ਉੱਪਰ ਸੱਤਾ ਦਾ ਤਵਾਜ਼ਨ ਬਦਲਣਾ ਸ਼ੁਰੂ ਹੋਣਾ ਆ, ਜਿਹਦੇ ਵਿੱਚ ਜਿਸ ਤਰੀਕੇ ਦੇ ਨਾਲ ਸੰਸਾਰ ਹੋਣ ਹੈ ਜਿਹਦੇ ਵਿੱਚ ਅਮਰੀਕਾ ਦੀ ਸਰਦਾਰੀ ਰਹੀ ਹੈ, ਇਹਨੂੰ ਚੁਣੌਤੀ ਜਿਹੜੀ ਆ ਉਹ ਪੇਸ਼ ਹੋਣੀ ਸ਼ੁਰੂ ਹੋਣੀ।
ਤੇ ਜਿੰਨਾ ਥਾਵਾਂ ਦੇ ਉੱਪਰ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਆਪਸ ਦੇ ਵਿੱਚ ਜ਼ੋਰ ਅਜਮਾਈ ਕਰ ਸਕਦੀਆਂ, ਦੱਖਣੀ ਏਸ਼ੀਆ ਦਾ ਖਿੱਤਾ ਜਿਹੜਾ ਆ ਇਹ ਉਹਨਾਂ ਦੇ ਵਿੱਚੋਂ ਇੱਕ ਪੋਸੀਬਲ ਪੁਆਇੰਟ ਹੈਗਾ ਆ, ਕਿਉਂਕਿ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਥਾਵਾਂ, ਇਸ ਤਰ੍ਹਾਂ ਦੇ ਮਸਲੇ ਹੈਗੇ ਆ। ਦੂਸਰਾ, ਜਿਸ ਤਰੀਕੇ ਦੇ ਨਾਲ ਚੀਨ ਇਸ ਖੇਤਰ ਦੇ ਨਾਲ ਲੱਗਦਾ ਆ ਕਿ ਉਹਦੇ ਵਿੱਚ ਜੇਕਰ ਅਮਰੀਕਾ ਅਤੇ ਚੀਨ ਦੇ ਦਰਮਿਆਨ ਜਾਂ ਅਮਰੀਕਾ ਦੇ ਸਹਿਯੋਗੀਆਂ ਦੇ ਚੀਨ ਦੇ ਦਰਮਿਆਨ ਤਾਕਤ ਦਾ ਭੇਡ ਹੋਣਾ ਤਾਂ ਇਸ ਖਿੱਤੇ ਦੇ ਵਿੱਚ ਹੋਣਾ ਆ। ਸੋ ਜੇ ਅਜਿਹੀ ਗੱਲ ਵਾਪਰਦੀ ਹੈ ਅਤੇ ਜਿਸ ਤਰੀਕੇ ਦੇ ਨਾਲ 2014 ਤੋਂ ਬਾਅਦ ਲਗਾਤਾਰ ਹਿੰਦੁੱਤਵਾ ਦਾ ਜਿਹੜਾ ਰਥ ਆ ਉਹ ਬੜੀ ਤੇਜ਼ੀ ਦੇ ਨਾਲ ਇੰਡੀਆ ਦੇ ਵਿੱਚ ਵੱਧ ਰਿਹਾ, ਜਿਸ ਤਰੀਕੇ ਦੇ ਨਾਲ ਇਹ ਸਾਰੇ ਖਿੱਤੇ ਦੇ ਹਾਲਾਤ ਬਦਲ ਰਹੇ, ਉਹਦੇ ਵਿੱਚ ਇਹ ਗੱਲ ਸਪਸ਼ਟ ਸੀਗੀ ਕਿ ਪੰਜਾਬ ਆਪ ਦੀ ਭੂਗੋਲਿਕ ਸਥਿਤੀ ਕਰਕੇ ਅਤੇ ਸਿੱਖ ਪੰਜਾਬ ਦੇ ਵਿੱਚ ਹੋਣ ਕਰਕੇ ਅਤੇ ਆਪਣੀ ਪੋਲੀਟੀਕਲ ਹਿਸਟਰੀ ਕਰਕੇ ਇਸ ਭੇਡ ਦੇ ਬਿਲਕੁਲ ਕੇਂਦਰ ਦੇ ਵਿੱਚ ਆ ਜਾਣੇ ਆ। ਸੋ ਉਸ ਸਮੇਂ ਤੋਂ ਹੀ ਸਿੱਖ ਲੀਡਰਸ਼ਿਪ ਨੂੰ ਇਹ ਗੱਲ ਚਾਹੀਦੀ ਸੀਗੀ ਕਿ ਇਸ ਤਰ੍ਹਾਂ ਦੇ ਬੰਨ ਨੂੰ ਬੰਨੇ ਜਾਂਦੇ ਕਿ ਜਿਸ ਸਮੇਂ ਦੁਨੀਆਂ ਤੁਹਾਡੀ ਗੱਲ ਕਹਿ ਰਹੀ ਹੁੰਦੀ, ਤੁਹਾਡੇ ਕੋਲ ਉਹ ਮੰਚ ਅਤੇ ਕਹਿਣ ਦੇ ਲਈ ਉਹ ਗੱਲ ਹੁੰਦੀ ਕਿ ਜਦੋਂ ਲੋਕ ਸੁਣ ਰਹੇ ਹੁੰਦੇ। ਸੋ ਅੱਜ ਉਹ ਸਥਿਤੀ ਆ ਗਈ ਕਿ ਦੁਨੀਆਂ ਤੁਹਾਡੀ ਗੱਲ ਸੁਣ ਰਹੀ, ਜਿਹੜੀ ਗੱਲ ਇਹ ਹੁੰਦੀ ਆ ਕਿ ਅਗਲੇ ਆਪਣੇ ਮੁਫਾਦਾ ਕਰਕੇ ਸੁਣ ਰਹੇ ਆ, ਇਹ ਕੋਈ ਅਲੋਕਾਰੀ ਗੱਲ ਨਹੀਂ ਹੈਗੀ। ਦੁਨੀਆਂ ਦੀ ਜਿਹੜੀ ਵੀ ਤਾਕਤ ਆ, ਆਮ ਗੱਲ ਇਹ ਕਹੀ ਜਾਂਦੀ ਕਿ ਸਿਆਸਤ ਦੇ ਵਿੱਚ ਕੋਈ ਦੋਸਤ ਜਾਂ ਮਿੱਤਰ ਨਹੀਂ ਹੁੰਦਾ, ਸਿਆਸਤ ਦੇ ਵਿੱਚ ਇੰਟਰਸਟ ਹੁੰਦੇ ਆ। ਜਿਹਦੇ ਵਿੱਚ ਤੁਹਾਡਾ ਮੁਫਾਦ ਹੈ, ਜਿਹੜੀ ਚੀਜ਼ ਦੇ ਵਿੱਚ ਤੁਹਾਡੀ ਰੁਚੀ ਹੈ, ਜਿਹਦੇ 'ਚ ਤੁਹਾਡਾ ਇੰਟਰਸਟ ਹੈ, ਤੁਸੀਂ ਉਹਨੂੰ ਤਰਜੀਹ ਦਿਓਗੇ। ਸੋ ਅੱਜ ਦੇ ਸਮੇਂ ਦੇ ਵਿੱਚ ਜੇਕਰ ਦੁਨੀਆਂ ਨੂੰ ਇਹ ਲੱਗ ਰਿਹਾ ਕਿ ਸਿੱਖਾਂ ਦੇ ਮਸਲਿਆਂ ਨੂੰ ਮੁਖਾਤਬ ਹੋ ਕੇ ਜਾਂ ਉਹਨਾਂ ਦੀ ਚਰਚਾ ਕਰਕੇ ਉਹਨਾਂ ਦੇ ਮੁਫਾਦ ਸਰ ਹੋ ਰਹੇ ਨੇ, ਤਾਂ ਉਹਦੇ ਵਿੱਚੋਂ ਸਾਡੇ ਵਾਸਤੇ ਇੱਕ ਓਪਰਚੁਨਿਟੀ ਵੀ ਬਣਦੀ ਹੈ ਕਿ ਅਸੀਂ ਆਪਣੀ ਗੱਲ ਜਿਹੜੀ ਆ ਉਹ ਦੁਨੀਆਂ ਦੇ ਸਾਹਮਣੇ ਉਸ ਤਰੀਕੇ ਦੇ ਨਾਲ ਰੱਖਦੇ। ਦੇਖੋ, ਜਿੰਨੀ ਚਰਚਾ ਪਿਛਲੇ ਸਮੇਂ ਦੇ ਦੌਰਾਨ ਡਿਪਲੋਮੇਸੀ ਦੇ ਵਿੱਚ ਸਿੱਧੇ ਪੱਧਰ ਦੇ ਉੱਤੇ ਅਤੇ ਖਬਰਖਾਨੇ ਦੇ ਵਿੱਚ ਜਿੰਨੇ ਵਿਆਪਕ ਪੱਧਰ ਦੇ ਉੱਪਰ ਖਾਲਿਸਤਾਨ ਦੇ ਅਤੇ ਸਿੱਖਾਂ ਦੀ ਆਜ਼ਾਦੀ ਨਾਲ ਜੁੜੇ ਹੋਏ ਮਸਲਿਆਂ ਦੀ ਹੋਈ, ਇੰਨੀ ਮਤਲਬ ਪਿਛਲੇ ਸਾਰੇ ਸਮੇਂ ਦੇ ਦੌਰਾਨ ਨਹੀਂ ਹੋਈ। ਔਰ ਜਿਹੜੇ ਸੰਘਰਸ਼ ਦੇ ਦੌਰ ਦੀ ਵੀ ਜਿਨ੍ਹਾਂ ਨੇ ਦੇਖਿਆ, ਉਹਨਾਂ ਨੇ ਕਿਹਾ ਕਿ ਇੰਨੇ ਵੱਡੇ ਪੱਧਰ 'ਤੇ ਇੰਟਰਨੈਸ਼ਨਲ ਮੀਡੀਆ ਅਤੇ ਇੰਟਰਨੈਸ਼ਨਲ ਡਿਪਲੋਮੇਸੀ ਦੇ ਵਿੱਚ ਸਿੱਖਾਂ ਦਾ ਮਸਲਾ ਜਦੋਂ ਪੂਰੀ ਜੰਗ ਚੱਲ ਰਹੀ ਸੀ ਪੰਜਾਬ ਦੇ ਵਿੱਚ, ਉਦੋਂ ਵੀ ਇੱਦਾਂ ਚਰਚਾ ਦੇ ਵਿੱਚ ਨਹੀਂ ਸੀ ਆਇਆ। ਸੋ ਅਸੀਂ ਇਹ ਕਹੀਏ ਕਿ ਆਪਣੇ ਆਪ ਇਹਨਾਂ ਪੱਛਮੀ ਮੁਲਕਾਂ ਨੂੰ ਬਹੁਤ ਜ਼ਿਆਦਾ ਕਿਸੇ ਫਰਾਖ ਦਿਲੀ ਦੇ ਵਿੱਚੋਂ ਜਾਂ ਸਿੱਖਾਂ ਦੇ ਵਿੱਚੋਂ ਹਮਦਰਦੀ ਜਾਂ ਨਿਆਂ ਦੀ ਭਾਵਨਾ ਦੇ ਵਿੱਚੋਂ ਕੋਈ ਸਾਡਾ ਭਲਾ ਕਰ ਦੇਣਾ, ਇਸ ਤਰ੍ਹਾਂ ਦੀ ਗੱਲ ਨਾ ਕਦੀ ਵਾਪਰੀ ਹੈ ਅਤੇ ਨਾ ਇਸ ਤਰ੍ਹਾਂ ਦੀ ਉਮੀਦ ਰੱਖਣੀ ਚਾਹੀਦੀ। ਹਾਂ, ਇਹ ਜ਼ਰੂਰ ਦੇਖਣਾ ਚਾਹੀਦਾ ਕਿ ਅੱਜ ਜਦੋਂ ਦੁਨੀਆਂ ਤੁਹਾਡੀ ਗੱਲ ਸੁਣ ਰਹੀ ਹੈ ਅਤੇ ਤੁਹਾਡੇ ਕੋਲ ਗੱਲ ਕਹਿਣ ਦੇ ਲਈ ਮੰਚ ਹੋਣ, ਅਤੇ ਸਭ ਤੋਂ ਵੱਡੀ ਗੱਲ ਤੁਹਾਡੇ ਕੋਲ ਗੱਲ ਹੋਵੇ ਜਿਹੜੀ ਤੁਸੀਂ ਦੁਨੀਆਂ ਨੂੰ ਦੱਸ ਸਕੋ। ਮੈਂ ਇਹ ਗੱਲ ਕਰ ਰਿਹਾ ਸੀਗਾ, ਕਈ ਵਾਰ ਇੱਦਾਂ ਹੁੰਦਾ ਨਾ ਵੀ ਤੁਹਾਡੀ ਝੋਲੀ ਵਿੱਚ ਕੁਛ ਪੈਣ ਨੂੰ ਤਿਆਰ ਬਰ ਤਿਆਰ ਹੁੰਦਾ ਹੈਗਾ ਆ, ਪਰ ਸਾਡੀ ਝੋਲੀ ਉਸ ਯੋਗ ਨਹੀਂ ਹੁੰਦੀ, ਜਾਂ ਆਪਾਂ ਝੋਲੀ ਦਾ ਫਲਾ ਕੇ ਇੱਦਾਂ ਮੂਹਰੋਂ ਫੜੀ ਨਹੀਂ ਹੁੰਦੀ, ਝੋਲੀ ਸਿੱਧੀ ਹੁੰਦੀ ਆ, ਉਹ ਕੁਛ ਡਿੱਗਦਾ ਤੁਹਾਡੇ ਤੁਹਾਡੇ ਕੋਲ ਆਉਂਦਾ ਹੀ ਨਹੀਂ ਨਾ ਹੋ। ਮੈਂ ਉਹੀ ਗੱਲ ਕਰਦਾ, 10 ਸਾਲ ਪਹਿਲਾਂ ਇਸ ਗੱਲ ਦੀ ਚਰਚਾ ਚੱਲੀ ਸੀਗੀ ਕਿ ਆਉਂਦੇ ਸਮੇਂ ਦੇ ਵਿੱਚ ਦੁਨੀਆਂ ਦੀਆਂ ਸਰਕਾਰਾਂ ਨੇ ਸਿੱਖਾਂ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੀ ਗੱਲਬਾਤ ਕਰਨ ਦੇ ਵਿੱਚ ਰੁਚੀ ਦਿਖਾਉਣੀ ਹੈ, ਤੇ ਸਿੱਖਾਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦੇ ਮੰਚਾਂ ਦੀ ਜਿਹੜੀ ਉਸਾਰੀ ਆ ਉਹ ਕਰਨੀ ਚਾਹੀਦੀ। ਪਰ ਆਪਣੇ ਬਹੁਤਾਤ ਹਿੱਸੇ ਨੂੰ ਇਹ ਲੱਗਦਾ ਸੀਗਾ ਕਿ ਅਸੀਂ ਤਾਂ ਕਿਸੇ ਗਿਣਤੀ ਦੇ ਵਿੱਚ ਨਹੀਂ ਹੈਗੇ, ਸਾਰੇ ਬੰਦੇ ਆਪਣੀ ਅੰਦਰੂਨੀ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਆਂਕ ਰਹੇ ਆ, ਜਦਕਿ ਇਹ ਦੇਖਣਾ ਚਾਹੀਦਾ ਕਿ ਜਦੋਂ ਸੰਸਾਰ ਦੀ ਤਾਕਤ ਦਾ ਤਵਾਜਨ ਬਦਲਣਾ ਤਾਂ ਪੰਜਾਬ ਆਪਣੀ ਸਥਿਤੀ ਕਰਕੇ ਅਤੇ ਸਿੱਖ ਆਪਣੀ ਪੋਲੀਟੀਕਲ ਹਿਸਟਰੀ ਕਰਕੇ ਇੰਪੋਰਟੈਂਟ ਹੋ ਜਾਂਦੇ ਆ। ਖਾਸ ਤੌਰ ਦੇ ਉੱਪਰ ਜੇ ਆਪਾਂ ਪੰਜਾਬ ਦਾ ਖਿੱਤਾ ਦੇਖੀਏ, ਤੁਸੀਂ ਦੇਖੋ ਕਿ ਇਹਦੇ ਦੱਖਣ ਦੇ ਵਿੱਚ ਥਾਰ ਮਾਰੂਥਲ ਹੈ ਜਿਹੜਾ ਦੁਨੀਆਂ ਦੇ ਵੱਡੇ ਮਾਰੂਥਲਾਂ ਦੇ ਵਿੱਚ ਹੈ, ਉੱਥੋਂ ਦੀ 12 ਮਾਸੀ ਲਾਂਘੇ ਜਿਹੜੇ ਆ ਉਹ ਨਹੀਂ ਬਣ ਸਕਦੇ ਆ, ਚੁਰੂ ਆਪਣੇ ਕੋਲ ਹੀ ਹੈਗਾ, ਉੱਥੇ ਹਰ ਸਾਲ ਗਰਮੀਆਂ ਦੇ ਵਿੱਚ ਸੜਕਾਂ ਦੇ ਉੱਤੇ ਪਾਣੀ
ਡੁੱਲਣਾ ਪੈਂਦਾ ਤਾਂ ਜਾ ਕੇ ਉੱਥੇ ਟ੍ਰੈਫਿਕ ਚੱਲਦੀ ਹੈ, ਨਹੀਂ ਤਾਂ ਨਹੀਂ ਚੱਲ ਸਕਦੀ। ਇੱਕਦਮ ਉੱਪਰਲੇ ਪਾਸੇ ਜੇ ਆਪਾਂ ਨੌਰਥ ਦੇ ਵਿੱਚ ਦੇਖੀਏ ਤਾਂ ਉੱਥੇ ਪਹਾੜ ਆ ਜਾਂਦੇ ਜਿੱਥੋਂ ਬਾਰਾਮਾਸੀ ਰਸਤੇ ਨਹੀਂ ਬਣਦੇ। ਫਿਰ ਕਸ਼ਮੀਰ ਜਿਹੜੀ ਕਿ ਇੱਕ ਇੰਟਰਨੈਸ਼ਨਲੀ ਡਿਸਪਿਊਟਿਡ ਟੈਰੀਟਰੀ ਹੈ, ਅੱਜ ਕਸ਼ਮੀਰ ਦੇ ਮਸਲੇ ਦਾ ਕੁਛ ਵੀ ਬਣ ਰਿਹਾ ਹੋਵੇ ਪਰ ਜਿਹੜੇ ਯੂਨਾਈਟਿਡ ਨੇਸ਼ਨ ਸਿਕਿਉਰਟੀ ਕਾਊਂਸਲ ਦੇ ਮਤੇ ਪਏ ਆ, ਕੱਲ੍ਹ ਨੂੰ ਕੋਈ ਵੀ ਦੁਨੀਆ ਦੀ ਤਾਕਤ ਆਪਣੇ ਮੁਫਾਦਾਂ ਦੇ ਵਾਸਤੇ ਉਹ ਮਸਲਾ ਭੜਕਾ ਸਕਦੀ। ਅਤੇ ਇੰਡੀਆ ਦਾ ਜਿੰਨਾ ਵੀ ਕਸ਼ਮੀਰ ਤੱਕ ਜ਼ਮੀਨੀ ਲਾਂਘਾ ਆ ਉਹ ਸਾਰਾ ਪੰਜਾਬ ਦੇ ਵਿੱਚ ਦੀ ਹੋ ਕੇ ਜਾਂਦਾ। ਪੰਜਾਬ ਦਾ ਖਿੱਤਾ ਸਦੀਆਂ ਤੋਂ ਇੰਨਾ ਮਹੱਤਵਪੂਰਨ ਰਿਹਾ ਕਿ ਚਾਹੇ ਕਿਸੇ ਨੇ ਵਪਾਰ ਕਰਨ ਦੇ ਉੱਤੇ ਚਾਹੇ ਕੋਈ ਫੌਜੀ ਸਰਗਰਮੀ ਹੋਣੀ ਹੋਵੇ, ਦੋਵਾਂ ਦੇ ਮਾਮਲਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਹੀ ਲਾਂਘੇ ਮਿਲਦੇ ਆ। ਸੋ ਇੰਨੇ ਇੰਪੋਰਟੈਂਟ ਖਿੱਤੇ ਦੇ ਵਿੱਚ ਇੱਕ ਉਹ ਲੋਕ ਬੈਠੇ ਹੋਏ ਆ ਜਿਨ੍ਹਾਂ ਦੀ ਇਸ ਸਾਰੇ ਖੇਤਰ ਦੇ ਵਿੱਚ ਰਾਜ ਕਰਨ ਦੀ ਹਿਸਟਰੀ ਹੈ, ਇੱਕ ਨਿਆਂਪੂਰਨ ਰਾਜ ਦੇਣ ਦੀ ਹਿਸਟਰੀ ਹੈ, ਜਿਨ੍ਹਾਂ ਨੇ ਹੁਣ ਤੋਂ ਲਗਭਗ 30 ਸਾਲ ਪਹਿਲਾਂ ਆਪਾਂ ਕਹੀਏ ਵੀ ਇੱਕ ਲਹੂ ਵੀਟ ਵੀ ਜੰਗ ਜਿਹੜੀ ਹੈ ਉਹ ਆਪਣੇ ਮਸਲੇ ਦੇ ਵਾਸਤੇ ਲੜੀ ਹੈ, ਜਿਹੜੇ ਅੱਜ ਦੁਨੀਆ ਦੇ ਵਿੱਚ ਫੈਲੇ ਹੋਏ ਆ, ਜਿਨ੍ਹਾਂ ਨੇ ਹੁਣ ਰੀਸੈਂਟਲੀ ਕਿਸਾਨੀ ਸੰਘਰਸ਼ ਦੇ ਵਿੱਚ ਸਾਂਝੀ ਸਟਰਗਲ ਦੀ ਅਗਵਾਈ ਕਰਨ ਦੀ ਕਪੈਸਿਟੀ ਦੁਬਾਰਾ ਦਿਖਾ ਦਿੱਤੀ, ਜਿਨ੍ਹਾਂ ਦਾ ਡਾਇਸਪੋਰਾ ਇੰਨਾ ਜ਼ਿਆਦਾ ਸੌਫਟ ਪਾਵਰ ਦੇ ਪੱਖੋਂ ਤਾਕਤਵਰ ਹੈ ਕਿ ਜਿਹੜਾ ਬਾਹਰਲੇ ਪੋਲੀਟੀਸ਼ੀਅਨਾਂ ਦੇ ਕੋਲੋਂ ਆਪਣੇ ਹੱਕ 'ਚ ਬਿਆਨ ਦਵਾ ਸਕਦਾ, ਜਾਂ ਇੰਡੀਆ ਦੀਆਂ ਚੱਲ ਰਹੀਆਂ ਮਾਰੂ ਨੀਤੀਆਂ ਦੇ ਬਾਰੇ ਦੇ ਵਿੱਚ ਸੈਲੀਬ੍ਰਿਟੀ ਵੀ ਬੋਲੇ, ਖਬਰਖਾਨਾ ਵੀ ਬੋਲਿਆ, ਸਾਰਾ ਕੁਛ ਹੋਇਆ। ਸੋ ਇਹ ਸਾਰੀ ਸਥਿਤੀ ਦੇ ਮੱਦੇਨਜ਼ਰ ਸਿੱਖ ਇਸ ਮਾਮਲੇ ਦੇ ਵਿੱਚ ਇੰਪੋਰਟੈਂਟ ਹਿੱਸਾ ਰੱਖਦੇ ਸੀਗੇ ਪਰ ਅਸੀਂ ਕਿਤੇ ਨਾ ਕਿਤੇ ਆਪਣੀ ਜਿਹੜੀ ਵੈਲਿਊ ਆ ਉਹਨੂੰ ਸਮੇਂ ਸਿਰ ਨਹੀਂ ਪਛਾਣ ਸਕੇ। ਮੈਨੂੰ ਲੱਗਦਾ ਕਿ ਅੱਜ ਜੋ ਤੁਸੀਂ ਹੁਣ ਬਿਆਨ ਕੀਤਾ ਨਾ ਬੜੀ ਇੱਕ ਮਹੱਤਵਪੂਰਨ ਗੱਲ ਆ ਜੀ, ਮੈਂ ਤੁਹਾਡੇ ਕੋਲ ਇਹੀ ਜਾਣਨਾ ਚਾਹੁੰਦਾ ਸੀਗਾ, ਮੈਂ ਸਵਾਲ ਕਰਨਾ ਵੀ ਸੀਗਾ ਵੀ ਤੁਹਾਡੇ ਕੋਲ ਜਾਂ ਕਹਿੰਦੇ ਸਿੱਖ ਕੌਮ ਦੇ ਕੋਲ ਕੀ ਇਹਦਾ ਦਾ ਖਾਸ ਹੈਗਾ ਵੀ ਉਹ ਤੁਹਾਨੂੰ ਜ਼ਿਆਦਾ ਤਵੱਜੋ ਦੇਣ। ਵਾਕਈ ਮੈਨੂੰ ਲੱਗਦਾ ਕਿ ਬੜੀਆਂ ਵੱਡੀਆਂ ਗੱਲਾਂ ਨੇ। ਕਈ ਵਾਰ ਜਦੋਂ ਤੁਸੀਂ ਪਹਿਲਾਂ ਆਖਿਆ ਨਾ ਕਿ ਜਦੋਂ ਆਪਾਂ ਆਪਣੇ ਵੱਲ ਨੂੰ ਦੇਖਦੇ ਹਾਂ, ਮੈਂ ਇਕੱਲਾ ਆਪਣੇ ਵੱਲ ਨੂੰ ਦੇਖਦਾ ਅਤੇ ਮੈਨੂੰ ਲੱਗਦਾ ਯਾਰ ਮੇਰੇ 'ਚ ਤਾਂ ਘਾਟਾ ਹੈਗੀਆਂ ਨੇ, ਮੈਂ ਤਾਂ ਇੰਨੇ ਜੋਗਾ ਹੀ ਨਹੀਂ ਹੈਗਾ ਕਿ ਮੇਰੇ ਵੱਲ ਨੂੰ ਕੋਈ ਤਵੱਜੋ ਦੇਵੇ। ਪਰ ਜਦੋਂ ਤੁਸੀਂ ਆਪਣੀ ਕੌਮ ਵੱਜਵੇਂ ਰੂਪ 'ਚ ਜਦੋਂ ਤੁਸੀਂ ਦੇਖਦੇ ਹੋ ਤਾਂ ਫਿਰ ਮੈਨੂੰ ਲੱਗਦਾ ਕਿ ਦੇਖੋ ਇਹ ਇੱਕ ਬਖਸ਼ਿਸ਼ ਵਾਲੀ ਗੱਲ ਵੀ ਆ ਕਿ ਇੰਨੇ ਖਿੰਡਾਓ ਦੇ ਵਿੱਚ ਜਿੱਥੇ ਤੁਹਾਡੀਆਂ ਜਥੇਬੰਦੀਆਂ ਦੀ ਆਪਸ ਦੇ ਵਿੱਚ ਨਹੀਂ ਬਣ ਰਹੀ, ਹੁਣ ਤਾਂ ਜਥੇਬੰਦੀਆਂ ਦੇ ਵਿੱਚ ਜਿਹੜੇ ਧੜੇ ਸੀਗੇ ਉਹਨਾਂ ਦੀ ਆਪਸ ਦੇ ਵਿੱਚ ਨਹੀਂ ਬਣ ਰਹੀ, ਸੰਪਰਦਾਵਾਂ ਕਿੰਨੀਆਂ ਵਿਚਾਰਧਾਰਾਵਾਂ ਪਹਿਲਾਂ ਮਿਸ਼ਨਰੀ ਜਾਂ ਸੰਪਰਦਾਈ ਆਪਸ ਦੇ ਵਿੱਚ ਸੀ, ਹੁਣ ਮਿਸ਼ਨਰੀ ਮਿਸ਼ਨਰੀਆਂ ਨਾਲ ਲੜ ਰਹੇ ਆ, ਸੰਪਰਦਾਈ ਸੰਪਰਦਾਈਆਂ ਦੇ ਨਾਲ। ਸੋ ਇੰਨੇ ਜ਼ਿਆਦਾ ਖਿੰਡਾਓ ਦੇ ਬਾਵਜੂਦ ਅੱਜ ਵੀ ਤੁਸੀਂ ਦੇਖੋ ਜਦੋਂ ਵੀ ਕਿਤੇ ਸਰਬੱਤ ਦੇ ਭਲੇ ਦੀ ਜਾਂ ਸਾਂਝੇ ਸੰਘਰਸ਼ ਦੀ ਗੱਲ ਚੱਲਦੀ ਹੈ ਉਹਦੀ ਲੀਡ ਜਿਹੜੀ ਹੈ ਉਹ ਸਿੱਖਾਂ ਦੇ ਕੋਲ ਸੁੱਤੇ ਸਿੱਧ ਆ ਜਾਂਦੀ, ਚਾਹੇ ਉਹ ਕੋਰੋਨਾ ਕਾਲ ਹੋਵੇ ਉਦੋਂ ਜਿਸ ਤਰੀਕੇ ਦੇ ਨਾਲ ਸਰਕਾਰਾਂ ਫੇਲ ਹੋਈਆਂ ਪਰ ਸਿੱਖਾਂ ਦੇ ਵੱਲੋਂ ਆਪਣੇ ਸਿਸਟਮ ਦੇ ਰਾਹੀਂ ਦੁਨੀਆ ਦੀ ਲੋਕਾਈ ਦੇ ਭਲੇ ਦੇ ਵਾਸਤੇ ਅਜਿਹੇ ਕਾਰਜ ਕੀਤੇ ਗਏ ਜਿਹਦੀ ਦੁਨੀਆ ਨੇ ਚਰਚਾ ਕੀਤੀ। ਕਿਸਾਨੀ ਸੰਘਰਸ਼ ਦਾ ਮਸਲਾ ਦੇਖ ਲਈਏ, ਤੁਸੀਂ ਦੇਖੋਗੇ ਸਿੱਖ ਇੰਡੀਆ ਦਾ ਅਤੇ ਪੰਜਾਬ ਦਾ ਮਸਲਾ ਸੀਗਾ, ਸਾਰੇ ਸਿੱਖ ਤਾਂ ਇੰਡੀਆ ਅਤੇ ਪੰਜਾਬ ਦੇ ਵਿੱਚ ਨਹੀਂ ਰਹਿੰਦੇ, ਸਾਰੇ ਸਿੱਖ ਕਿਸਾਨੀ ਵੀ ਨਹੀਂ ਕਰਦੇ ਅਤੇ ਮਸਲਾ ਸਿਰਫ ਕਿਸਾਨੀ ਦਾ ਸੀਗਾ, ਉਹਦੇ ਬਾਵਜੂਦ ਹਰ ਇੱਕ ਸਿੱਖ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ। ਅਤੇ ਕਿਸ ਤਰੀਕੇ ਦੇ ਨਾਲ ਚਾਹੇ ਉਹ ਕੇਰਲਾ ਦੇ ਵਿੱਚੋਂ ਸੱਦਾ ਆਇਆ ਹੋਵੇ, ਚਾਹੇ ਤਾਮਿਲਨਾਡੂ ਦੇ ਵਿੱਚੋਂ ਆਇਆ ਹੋਵੇ, ਔਰ ਕਿਸਾਨੀ ਸੰਘਰਸ਼ ਦੇ ਦੌਰਾਨ ਹੀ ਹੋਰਨਾਂ ਬੋਂਬੇ ਜਾਂ ਪੂਨੇ ਜਾਂ ਮਦੁਰਾਈ, ਚੇਨਈ, ਡਿਬਰੂ, ਇੱਥੇ ਦੀਮਾਪੁਰ ਨਾਗਾਲੈਂਡ ਦੇ ਵਿੱਚ ਇਹਨਾਂ ਥਾਵਾਂ ਦੇ ਉੱਪਰ ਜਾਣ ਦਾ ਮੌਕਾ ਮਿਲਿਆ ਅਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਦੇ ਉੱਪਰ ਇਹ ਕਿਹਾ ਜਾ ਰਿਹਾ ਸੀਗਾ ਕਿ ਇੰਡੀਆ ਦੀ ਜਿਹੜੀ ਕੇਂਦਰੀਵਾਦੀ ਸੱਤਾ ਹੈਗੀ, ਜਿਹੜੀ ਸਾਰੀ ਤਾਕਤ ਦਾ ਕੇਂਦਰੀਕਰਨ ਕਰ ਰਹੀ ਹੈ ਅਤੇ ਕੁਛ ਬੰਦੇ ਆਪਣੇ ਹੱਥਾਂ ਦੇ ਵਿੱਚ ਤਾਕਤ ਇਕੱਠੀ ਕਰ ਰਹੇ ਹੈ, ਜੇ ਇਹਦੇ ਖਿਲਾਫ਼ ਸਾਂਝਾ ਸੰਘਰਸ਼ ਉੱਠਦਾ ਆ ਤਾਂ ਉਹਦੇ ਵਿੱਚ ਸਿੱਖਾਂ ਦੀ ਮੋਹਰੀ ਅਤੇ ਇੰਪੋਰਟੈਂਟ ਭੂਮਿਕਾ ਹੋਊਗੀ। ਸੋ ਇੰਨੀ ਜ਼ਿਆਦਾ ਸਮਰੱਥਾ, ਬੇਸ਼ੱਕ ਸਾਡੇ ਅੰਦਰੂਨੀ ਖਿਲਾਰੇ ਜਿਹੜੇ ਆ ਉਹ ਜ਼ਿਆਦਾ ਪਏ ਹੋਏ ਨੇ ਪਰ ਸਮਰੱਥਾ ਅੱਜ ਵੀ ਸਿੱਖਾਂ ਦੇ ਕੋਲ ਜ਼ਿਆਦਾ ਆ, ਔਰ ਉਹਦੇ ਵਾਸਤੇ ਇੱਕ ਸਾਡੇ ਸਿਧਾਂਤ ਦੀ ਬਹੁਤ ਅਹਿਮ ਭੂਮਿਕਾ ਆ, ਦੂਸਰੀ ਸਾਡੀ ਇੱਥੇ ਪੋਲੀਟੀਕਲ ਹਿਸਟਰੀ ਦੀ, ਸਾਨੂੰ ਇਹ ਗੱਲ ਸਮਝਣੀ ਚਾਹੀਦੀ ਕਿ ਇਸ ਸਾਰੇ ਖਿੱਤੇ ਦੇ ਵਿੱਚ
ਨਿਆਂਪੂਰਨ ਰਾਜ ਦੇਣ ਦੀ, ਜਿਹੜੀ ਸਿੱਖਾਂ ਦਾ ਇਤਿਹਾਸ ਪਿਆ ਹੋਇਆ ਦੁਨੀਆ ਅਤੇ ਇੱਥੋਂ ਦੇ ਲੋਕ ਸਾਨੂੰ ਉਸ ਇਤਿਹਾਸ ਦੀਆਂ ਨਜ਼ਰਾਂ ਰਾਹੀਂ ਦੇਖਦੇ ਨੇ। ਵਾਕਈ ਮੈਨੂੰ ਲੱਗਦਾ ਕਿ ਬਹੁਤ ਇੱਕ ਵੱਡੀ ਗੱਲ ਹੈਗੀ, ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਰਾਏ ਦਿਓ ਆਪਣੀ, ਕਿ ਜਿਵੇਂ ਵੀਰ ਹੋਰਾਂ ਨੇ ਦੱਸਿਆ ਹੈਗਾ ਕਿ ਸਾਡੇ ਵਿੱਚ ਇੰਨੀਆਂ ਜ਼ਿਆਦਾ ਕਮਜ਼ੋਰੀਆਂ, ਕਮਜ਼ੋਰੀਆਂ ਵੀ ਵੀਰ ਨੇ ਗਣਾਈਆਂ, ਕਮਜ਼ੋਰੀਆਂ ਦੇ ਬਾਵਜੂਦ ਵੀ ਜਦੋਂ ਤੁਸੀਂ ਵਾਜਵੇਂ ਰੂਪ ਦੇ ਵਿੱਚ ਆਪਣੇ ਆਪ ਨੂੰ ਦੇਖਦੇ ਹੋ ਤਾਂ ਤੁਸੀਂ ਅੰਤਰਰਾਸ਼ਟਰੀ ਪੱਧਰ 'ਤੇ ਨਿਗਾਹ ਮਾਰ ਕੇ ਵੇਖੋ ਕਿ ਸੰਸਾਰ ਅਗਾਂਹ ਵਧੂ ਉਹ ਮੁਲਕ ਜਿਨ੍ਹਾਂ ਦੀ ਕਹੀ ਹੋਈ ਗੱਲ ਦਾ ਕੋਈ ਅਸਰ ਹੁੰਦਾ ਹੈਗਾ ਵੀ ਉਹ ਤੁਹਾਨੂੰ ਤਵੱਜੋ ਦੇ ਰਹੇ ਨੇ। ਅਤੇ ਮੈਨੂੰ ਲੱਗਦਾ ਕਿ ਅੰਦਾਜ਼ਾ ਲਾਇਆ ਜਾ ਸਕਦਾ ਕਿ ਜੇ ਤੁਸੀਂ ਸਿਰ ਜੋੜ ਕੇ, ਜਦੋਂ ਆਪਾਂ ਕਹਿੰਦੇ ਸਿਰ ਜੋੜ ਕੇ ਬਹਿ ਜਾਓ ਇੱਕ ਮੰਚ 'ਤੇ ਆ ਜਾਓ, ਜੇ ਕਿਤੇ ਉੱਦਾਂ ਹੋ ਜਾਵੇ ਮੈਨੂੰ ਲੱਗਦਾ ਫਿਰ ਤਾਂ ਬਾਰੇ ਨਿਆਰੇ ਹੋ ਜਾਣਗੇ। ਦੇਖੋ ਇਹਦੇ ਵਿੱਚ ਵੀ ਇਹ ਹੈ ਕਿ ਜਿਹੜੀ ਏਕਤਾ ਆ ਸਾਨੂੰ ਇਹ ਦੇਖਣਾ ਚਾਹੀਦਾ ਵੀ ਕਦੇ ਵੀ ਧੜਿਆਂ ਦੀ, ਵਿਅਕਤੀਆਂ ਦੀ, ਸ਼ਖਸੀਅਤਾਂ ਦੀ ਏਕਤਾ, ਸਿੱਖਾਂ ਦੇ ਵਿੱਚ ਏਕਤਾ ਦਾ ਪੈਮਾਨਾ ਇਹ ਨਹੀਂ ਰਿਹਾ। ਜੀ ਜੀ, ਸਿੱਖਾਂ ਨੂੰ ਪ੍ਰੋਸੈਸ ਦੇ ਉੱਤੇ ਸਹਿਮਤੀ ਬਣਾਉਣੀ ਚਾਹੀਦੀ ਹੈ। ਸਿੱਖਾਂ ਦੀ ਲੀਡਰਸ਼ਿਪ ਜਿਹੜੀ ਹੈ ਜੀ, ਉਹ ਸਾਂਝੇ ਤੌਰ ਦੇ ਉੱਪਰ ਜਾਂ ਪੰਜ ਪ੍ਰਧਾਨੀ ਵਾਲੀ ਸਾਂਝੀ ਅਗਵਾਈ ਸਿੱਖਾਂ ਦੇ ਵਿੱਚ ਰਹੀ। ਜੇਕਰ ਆਪਾਂ ਮਿਸਲ ਕਾਲ ਦੀ ਵੀ ਗੱਲ ਕਰਦੇ ਹਾਂ, ਉਸ ਸਮੇਂ ਦੇ ਦੌਰਾਨ ਵੀ ਦੇਖੀਏ ਕਿ ਜਥੇ ਜਾਂ ਮਿਸਲਾਂ ਤਾਂ ਵੱਖੋ ਵੱਖਰੀਆਂ ਸੀਗੀਆਂ, ਪਰ ਜਿਹੜਾ ਰਣਨੀਤਿਕ ਫੈਸਲਾ ਆ ਉਹ ਸਾਂਝੇ ਰੂਪ ਦੇ ਵਿੱਚ ਗੁਰਮਤੇ ਦੇ ਰਾਹੀਂ ਹੁੰਦਾ ਸੀ। ਸੋ ਦੋ ਪ੍ਰੋਸੈਸ ਕਿਸੇ ਵੀ ਸੰਘਰਸ਼ ਕਰ ਰਹੀ ਕੌਮ ਨੂੰ, ਚਾਹੇ ਸੰਘਰਸ਼ ਕਰ ਰਹੀ ਹੋਵੇ ਚਾਹੇ ਤੁਸੀਂ ਗਵਰਨੈਂਸ ਕਰਨੀ ਹੋਵੇ, ਦੋਵਾਂ ਹੀ ਹਾਲਾਤਾਂ ਦੇ ਵਿੱਚ ਦੋ ਪ੍ਰੋਸੈਸ ਬਹੁਤ ਜ਼ਿਆਦਾ ਅਹਿਮ ਹੁੰਦੇ। ਇੱਕ ਤਾਂ ਇਹ ਕਿ ਤੁਹਾਡੇ ਫੈਸਲੇ ਕਿਸ ਤਰੀਕੇ ਦੇ ਨਾਲ ਹੋਣੇ ਆ ਜੀ, ਦੂਸਰਾ ਇਹ ਕਿ ਤੁਹਾਡੀ ਅਗਵਾਈ ਕਿਸ ਤਰੀਕੇ ਦੇ ਨਾਲ ਆਉਣੀ ਹੈ। ਸਿੱਖਾਂ ਦੇ ਮਾਮਲੇ ਦੇ ਵਿੱਚ ਫੈਸਲੇ ਜਿਹੜੇ ਆ ਉਹ ਸਾਂਝੇ ਤੌਰ ਦੇ ਉੱਪਰ ਗੁਰਮਤੇ ਦੇ ਰੂਪ ਦੇ ਵਿੱਚ ਲਏ ਜਾਂਦੇ ਰਹੇ, ਅਤੇ ਜਿਹੜੀ ਅਗਵਾਈ ਹੈ ਕੋਈ ਇੱਕ ਸੁਪਰੀਮ ਲੀਡਰ ਦੀ ਬਜਾਏ ਸਿੱਖਾਂ ਦੇ ਵਿੱਚ ਇੱਕ ਕੁਲੈਕਟਿਵ ਲੀਡਰਸ਼ਿਪ ਦਾ ਸਿਧਾਂਤ ਹੈ, ਜਿਹਨੂੰ ਆਪਾਂ ਪੰਜ ਪ੍ਰਧਾਨੀ ਪ੍ਰਣਾਲੀ ਜਿਹੜੀ ਹੈ ਉਹ ਕਹਿੰਦੇ ਹਾਂ। ਸੋ ਇਹ ਦੋ ਪ੍ਰੋਸੈਸ ਜੇਕਰ ਅਸੀਂ ਆਪਣੇ ਦਰੁਸਤ ਕਰ ਲੈਂਦੇ ਹਾਂ, ਅੱਜ ਦੁਨੀਆ ਤੁਹਾਡੀ ਗੱਲ ਸੁਣਨ ਨੂੰ ਤਿਆਰ ਹੈ। ਮਸਲਾ ਇਹ ਆ ਕਿ ਸਿੱਖਾਂ ਦੀ ਕਲੈਕਟਿਵ ਵਿਲ ਦੀ ਰਿਪ੍ਰਜੈਂਟੇਸ਼ਨ ਕਿੱਦਾਂ ਹੋਵੇ, ਕਿਸ ਸੰਸਥਾ ਜਾਂ ਕਿਸ ਵਿਅਕਤੀ ਜਾਂ ਕਿਸ ਅਦਾਰੇ ਦੇ ਵੱਲੋਂ ਕਹੀ ਹੋਈ ਗੱਲ ਨੂੰ ਦੁਨੀਆ ਇਹ ਮੰਨੇ ਕਿ ਇਹ ਸਿੱਖਾਂ ਦਾ ਸਾਂਝਾ ਫੈਸਲਾ ਆ, ਉਹ ਸਾਡੇ ਕੋਲ ਉਹ ਮੰਚ ਨਹੀਂ ਹੈ। ਉਹਦੇ ਵਾਸਤੇ ਜੇਕਰ ਅਸੀਂ ਆਪਣੇ ਇਹ ਪ੍ਰੋਸੈਸ ਸਹੀ ਕਰੀਏ ਤਾਂ ਇੱਕ ਕੁਲੈਕਟਿਵ ਲੀਡਰਸ਼ਿਪ ਇਵੋਲਵ ਕਰੀਏ, ਅਤੇ ਨਾਲ ਦੀ ਨਾਲ ਇੱਕ ਜਿਹੜਾ ਸਾਡਾ ਸਾਂਝੇ ਫੈਸਲੇ ਦਾ ਪ੍ਰੋਸੈਸ ਹੈਗਾ ਗੁਰਮਤੇ ਵਾਲਾ, ਉਹ ਲੈ ਕੇ ਆਈਏ ਅਤੇ ਅੱਜ ਦੁਨੀਆ ਗੱਲ ਸੁਣਨ ਦੇ ਲਈ ਤਿਆਰ ਬੈਠੀ ਆ, ਉਹਨਾਂ ਨੂੰ ਗੱਲ ਦੱਸੀ ਜਾ ਸਕਦੀ ਹੈ। ਜਿਹੜੀ ਉਹ ਚੀਜ਼ ਹੈਗੀ ਆ ਉਦਾਂ ਦੀ ਸਿੱਖ ਲੀਡਰਸ਼ਿਪ ਜਿਹੜੀ, ਜੇ ਤੁਸੀਂ ਗੱਲ ਕਰਦੇ ਹੋ ਉਹ ਉਹਦੇ ਲਈ ਕੀ ਯਤਨ ਕੀਤੇ ਜਾ ਸਕਦੇ ਨੇ? ਦੇਖੋ ਤੁਹਾਡੇ ਵੱਲੋਂ ਯਤਨ ਹੋਏ ਸੀਗੇ ਭਾਈ ਦਲਜੀਤ ਸਿੰਘ ਬਿੱਟੂ ਜੀ ਸਾਰੇ ਸੱਜਣ, ਦੇਖੋ ਇੱਕ ਗੱਲ ਤਾਂ ਇਹ ਕਿ ਜਿਹੜਾ ਉਹ ਯਤਨ ਹੋਇਆ, ਮੇਰਾ ਨਿੱਜੀ ਤੌਰ ਦੇ ਉੱਪਰ ਇਹ ਦ੍ਰਿੜ ਵਿਸ਼ਵਾਸ ਹੈਗਾ ਕਿ ਉਹ ਕਿਸੇ ਇੱਕ ਵਿਅਕਤੀ ਜਾਂ ਕਿਸੇ ਇੱਕ ਸੰਸਥਾ ਜਾਂ ਸਮੂਹ ਦਾ ਨਹੀਂ ਸੀਗਾ, ਉਹ ਜਿੰਨਿਆਂ ਨੇ ਉਹਦੇ ਵਿੱਚ ਸ਼ਿਰਕਤ ਕੀਤੀ ਸਾਰਿਆਂ ਦਾ ਸੀਗਾ, ਕਿਉਂਕਿ ਜਿਹੜਾ ਉਹਦਾ ਅਮਲ ਰਿਹਾ ਉਹਦੇ ਵਾਸਤੇ ਜਿੰਨੇ ਵੀ ਜਾਣਿਆਂ ਨੂੰ ਮਿਲਦੇ ਰਹੇ, ਤਕਰੀਬਨ ਚਲੋ ਮਹਾਰਾਜ ਨੇ ਮੌਕਾ ਦਿੱਤਾ ਸਾਰਿਆਂ ਨੂੰ ਮਿਲਣ ਦਾ, ਸੋ ਸਭ ਨੇ ਹੀ ਇਸ ਗੱਲ ਦੇ ਉੱਪਰ ਸਹਿਮਤੀ ਪ੍ਰਗਟਾਈ ਕਿ ਸਾਡੇ ਵਿੱਚ ਕਲੈਕਟਿਵ ਲੀਡਰਸ਼ਿਪ ਦਾ ਸਿਧਾਂਤ ਹੈ, ਸਾਡੇ ਵਿੱਚ ਜੁਆਇੰਟ ਡਿਸੀਜਨ ਮੇਕਿੰਗ ਦਾ ਸਿਧਾਂਤ ਹੈ। ਮਸਲਾ ਇਹ ਹੈਗਾ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਪੱਛਮੀ ਢਾਂਚੇ ਦੇ ਵਿੱਚ ਵਿਚਰਦਿਆਂ ਹੋਇਆਂ ਆਪ ਦੀਆਂ ਸੰਸਥਾਵਾਂ ਜਾਂ ਆਪਣੇ ਪ੍ਰੋਸੈਸਾਂ ਦਾ ਮਹੱਤਵ ਜਿਹੜਾ ਆ ਉਹਨੂੰ ਕੁਛ ਪਿੱਛੇ ਪਾਇਆ ਹੋਇਆ ਸੀ। ਤੁਸੀਂ ਕਿਹਾ ਕਿ ਕੀਤਾ ਕੀ ਜਾ ਸਕਦਾ, ਕਰਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਸਾਨੂੰ ਆਪਣੀਆਂ ਸੰਸਥਾਵਾਂ ਦੇ ਵਿੱਚ, ਆਪਣੀਆਂ ਜਥੇਬੰਦੀਆਂ ਦੇ ਵਿੱਚ ਜਿਹੜਾ ਫੈਸਲੇ ਲੈਣ ਦਾ ਤਰੀਕਾ ਆ ਉਹ ਸਾਂਝਾ ਜੁਆਇੰਟ ਡਿਸੀਜਨ ਦਾ ਅਪਣਾਉਣਾ ਚਾਹੀਦਾ, ਔਰ ਉਹਦੇ ਵਾਸਤੇ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਕਿ ਅਸੀਂ ਆਪਣੀਆਂ ਸੰਸਥਾਵਾਂ ਦੇ ਵਿੱਚ ਗੁਰਮਤੇ ਦਾ ਜੋ ਪੈਟਰਨ ਹੁੰਦਾ ਉਹਦੇ ਅਨੁਸਾਰ ਹੀ ਫੈਸਲੇ ਲੈਣੇ ਸ਼ੁਰੂ ਕਰੀਏ, ਔਰ ਇਸੇ ਤਰੀਕੇ ਦੇ ਨਾਲ ਹੀ ਜਿੰਨੀਆਂ ਵੀ ਸੰਸਥਾਵਾਂ ਅੱਜ ਸਿੱਖਾਂ ਦੀਆਂ ਜਥੇਬੰਦੀਆਂ ਵਿਚਰ ਰਹੀਆਂ ਉਹਨਾਂ ਨੂੰ ਆਪਣੀ ਲੀਡਰਸ਼ਿਪ ਜਿਹੜੀ ਹੈ ਉਹ ਕਲੈਕਟਿਵ ਲੀਡਰਸ਼ਿਪ ਲੈ ਕੇ ਆਉਣੀ ਚਾਹੀਦੀ ਆ, ਜੁਆਇੰਟ ਡਿਸੀਜਨ ਮੇਕਿੰਗ ਹੋਣੀ ਚਾਹੀਦੀ ਔਰ ਇਹਨੂੰ ਪ੍ਰੈਕਟਿਸ ਕਰਨਾ ਚਾਹੀਦਾ। ਅੱਜ ਜਦੋਂ ਤੁਸੀਂ ਬਿਲਕੁਲ ਪੰਥਕ ਪੱਧਰ ਦੇ ਉੱਪਰ ਇਹਨੂੰ ਲਾਗੂ ਕਰਨ ਦੀ ਗੱਲ ਕਰਦੇ ਆ ਤੇ ਬਹੁਤੇ ਬੰਦਿਆਂ ਨੂੰ ਲੱਗਦਾ ਕਿ ਇਹ ਕੀਤਾ ਨਹੀਂ ਜਾ ਸਕਦਾ,
ਉਹ ਇਸ ਕਰਕੇ ਲੱਗਦਾ ਕਿਉਂਕਿ ਉਹ ਆਪ ਉਸ ਅਮਲ ਦੇ ਵਿੱਚ ਨਹੀਂ ਹੈਗੀ। ਸੋ ਜੇ ਉਹ ਆਪ ਉਸ ਅਮਲ ਦੇ ਵਿੱਚ ਆ ਜਾਣ ਤਾਂ ਇਹ ਗੱਲ ਬੜੀ ਆਸਾਨੀ ਦੇ ਨਾਲ ਕੀਤੀ ਜਾ ਸਕਦੀ। 28 ਤਰੀਕ ਵਾਲਾ ਵੀ ਜਿਹੜਾ ਕੋਸ਼ਿਸ਼ ਸੀਗੀ, ਮੈਂ ਕੋਸ਼ਿਸ਼ ਹੀ ਕਹਾਂਗਾ, ਤੁਸੀਂ ਵੀ ਉੱਥੇ ਗਏ ਹੋ, ਤੁਸੀਂ ਦੇਖਿਆ ਮਾਹੌਲ, ਜੇਕਰ ਇੰਨੇ ਵੱਡੇ ਪੱਧਰ ਦੇ ਉੱਪਰ ਇੰਨੀਆਂ ਸੰਸਥਾਵਾਂ ਦੀ ਸ਼ਮੂਲੀਅਤ ਦੇ ਬਾਵਜੂਦ ਵੀ ਇੰਨੇ ਸਲੀਕੇ ਦੇ ਨਾਲ, ਇੰਨੇ ਡਿਸਿਪਲਨ ਦੇ ਨਾਲ ਡਿਸਕਸ਼ਨ ਹੋ ਸਕਦੀ ਹੈ, ਉਹਦੇ ਵਿੱਚੋਂ ਇੱਕ ਫੈਸਲਾ ਨਿਕਲ ਕੇ ਸਾਹਮਣੇ ਆ ਸਕਦਾ, ਤਾਂ ਆਪਣੀਆਂ ਸੰਸਥਾਵਾਂ 'ਚ ਜਿਹੜੇ ਆਪਾਂ ਬੰਦੇ ਇਕੱਠੇ ਵਿਚਰਦੇ ਹਾਂ, ਅਸੀਂ ਕਿਉਂ ਨਹੀਂ ਕਰ ਸਕਦੇ? ਵਾਕਈ ਕਰ ਸਕਦੇ ਹਾਂ। ਇੱਕ ਆਖਰੀ ਸਵਾਲ ਹੈਗਾ ਮੇਰਾ, ਉਹ ਤੋਂ ਇਲਾਵਾ ਜੇ ਤੁਹਾਡੇ ਜ਼ਿਹਨ ਵਿੱਚ ਹੋਰ ਕੁਝ ਹੈ ਤਾਂ ਉਹ ਵੀ ਤੁਸੀਂ ਜ਼ਰੂਰ। ਮੇਰਾ ਆਖਰੀ ਸਵਾਲ ਇਹ ਹੈਗਾ ਕਿ ਜਿਹੜੀਆਂ ਸੰਸਾਰ ਦੀਆਂ ਉਹ ਤਾਕਤਾਂ ਨੇ, ਜਿਹਨਾਂ ਬਾਰੇ ਮੈਂ 2-3 ਵਾਰੀ ਪਹਿਲਾਂ ਆਖਿਆ ਤੁਸੀਂ ਵੀ ਉਹਨੂੰ ਵਧੀਆ ਲਫ਼ਜ਼ਾਂ ਦੇ ਵਿੱਚ, ਬਈ ਜਿਹਨਾਂ ਦੀ ਕਹੀ ਹੋਈ ਗੱਲ ਦਾ ਕੋਈ ਅਸਰ ਹੁੰਦਾ ਹੈਗਾ, ਵੀ ਉਹ ਤੁਹਾਡੇ ਵੱਲ ਵੇਖਦੇ ਆ, ਤੁਹਾਨੂੰ ਤਵੱਜੋ ਦੇ ਰਹੇ ਆ, ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਹੈਗਾ ਕਿ ਕੀ ਉਹ ਤਾਕਤਾਂ ਪੰਜਾਬ ਦੀ ਇਸ ਧਰਤੀ ਦੇ ਉੱਪਰ ਜਿੱਥੇ ਤੁਹਾਡਾ ਕਦੀ ਰਾਜ ਹੁੰਦਾ ਸੀਗਾ, ਤੁਹਾਡਾ ਰਾਜ ਭਾਗ ਇੱਥੇ ਮੁੜ ਸਥਾਪਿਤ ਕਰਨ ਦੇ ਵਿੱਚ ਤੁਹਾਡੀ ਮਦਦ ਕਰਨਗੀਆਂ ਜਾਂ ਕਰ ਸਕਦੀਆਂ? ਦੇਖੋ, ਇਹ ਤਾਂ ਹਾਲਾਤ ਦੇ ਉੱਪਰ ਮੁਨਸਰ ਹੈ। ਇੰਨੀ ਗੱਲ ਬਿਲਕੁਲ ਸਪਸ਼ਟ ਹੈ ਕਿ ਇਹ ਜਿਹੜਾ ਸਾਊਥ ਏਸ਼ੀਆ ਦਾ ਖਿੱਤਾ ਆ, ਇਹਦੇ ਹਾਲਾਤ ਪਿੱਛੇ ਜੋ ਅਸੀਂ ਸਥਿਰਤਾ ਵਾਲੇ ਦੇਖਦੇ ਰਹੇ ਜਿਸ ਤਰ੍ਹਾਂ ਦੇ ਵੀ, ਉੱਦਾਂ ਦੇ ਨਹੀਂ ਰਹਿਣੇ। ਤਬਦੀਲੀ ਦਾ ਦੌਰ ਜਿਹੜਾ ਆ ਉਹ ਸ਼ੁਰੂ ਹੋ ਗਿਆ ਆ, ਔਰ ਜਿਸ ਤਰੀਕੇ ਦੇ ਨਾਲ ਪੱਛਮ ਨੇ ਹੁਣ ਇੰਡੀਆ ਦੇ ਖਿਲਾਫ ਇਹ ਸਾਰੇ ਅਸੈਸੀਨੇਸ਼ਨ ਵਾਲੇ ਮਾਮਲੇ ਨੂੰ ਲੈ ਕੇ ਮੂਵ ਲਿਆ ਆ, ਔਰ ਜਿਹੜੀ ਗੱਲ ਇਹ ਸਾਹਮਣੇ ਵੀ ਆ ਰਹੀ ਸੀ ਕਿ ਜਿਸ ਤਰੀਕੇ ਨਾਲ ਇਹ ਇੱਕ ਡਬਲ ਗੇਮ ਖੇਡ ਰਹੇ ਸੀ ਕਿ ਇੱਕ ਪਾਸੇ ਤਾਂ ਇੰਡੀਆ ਨੂੰ ਇਹ ਗੱਲ ਲੱਗ ਰਹੀ ਆ ਕਿ ਚੀਨ ਨੂੰ ਕਾਊਂਟਰ ਕਰਨ ਦੇ ਵਾਸਤੇ ਅਮਰੀਕਾ ਸਿਰਫ ਸਾਡੇ ਉੱਪਰ ਹੀ ਟੇਕ ਰੱਖ ਸਕਦਾ, ਤੇ ਦੂਜੇ ਪਾਸੇ ਇੰਨਾ ਉਹਨਾਂ ਤੋਂ ਵੱਖ ਹੋ ਕੇ ਚੱਲ ਰਹੇ ਆ ਕਿ ਉਹ ਸੈਂਕਸ਼ਨਾਂ ਲਾ ਰਹੇ ਨੇ ਰੂਸ ਦੇ ਵਿੱਚ, ਇਹ ਰੂਸ ਤੋਂ ਕੱਚਾ ਤੇਲ ਖਰੀਦ ਰਹੇ ਆ, ਜਿਹੜਾ ਤੇਲ ਅਮਰੀਕਾ ਤੇ ਹੋਰ ਪੱਛਮੀ ਤਾਕਤਾਂ ਜਾਂ ਅਮਰੀਕਾ ਦੇ ਸਹਿਯੋਗੀ ਮੁਲਕ ਨਹੀਂ ਖਰੀਦ ਰਹੇ, ਅੱਛਾ ਰੂਸ ਦਾ ਤੇਲ ਖਰੀਦ ਕੇ ਉਹਨਾਂ ਨੂੰ ਵੇਚੀ ਜਾ ਰਹੇ ਆ, ਤੇ ਉਹਦੇ ਵਿੱਚੋਂ ਆਪਦੀ ਇਕਨੋਮੀ ਜਾਂ ਆਪਦਾ ਬੈਨੀਫਿਟ ਜਿਹੜਾ ਉਹ ਕੱਢੀ ਜਾ ਰਹੇ ਆ। ਸੋ ਜੇਕਰ ਆਪਾਂ ਹੁਣ ਦੀ ਸਥਿਤੀ ਨੂੰ ਦੇਖੀਏ ਤਾਂ ਉਹਦੇ ਵਿੱਚ ਦੋ ਤਰ੍ਹਾਂ ਦੇ ਵਿਚਾਰ ਸਾਹਮਣੇ ਆ ਰਹੇ। ਇੱਕ ਤਾਂ ਜਿਹੜੇ ਵਿਪਰਵਾਦੀ ਧਿਰ ਦੇ ਜਿੰਨੇ ਵਿਚਾਰਵਾਨ ਆ, ਉਹ ਤਾਂ ਇਹ ਗੱਲ ਕਹਿ ਰਹੇ ਕਿ ਅਸੀਂ ਵਿਸ਼ਵ ਗੁਰੂ ਵਾਲੀ ਸਥਿਤੀ ਦੇ ਵਿੱਚ ਪਹੁੰਚ ਚੁੱਕੇ ਹਾਂ, ਅਸੀਂ ਹੁਣ ਆਤਮ ਨਿਰਭਰ ਹੋ ਗਏ ਹਾਂ, ਸਾਡੀਆਂ ਕੈਪੈਸਿਟੀਜ਼ ਬਿਲਟ ਹੋ ਗਈਆਂ, ਅਸੀਂ ਕਿਤੇ ਜਾ ਕੇ ਕਿਸੇ ਨੂੰ ਵੀ ਨਿਸ਼ਾਨਾ ਬਣਾ ਸਕਦੇ, ਕਿਸੇ ਤਰ੍ਹਾਂ ਦਾ ਵੀ ਨਰੇਟਿਵ ਚਲਾ ਸਕਦੇ, ਅਤੇ ਪੱਛਮ ਨੂੰ ਸਾਡੀ ਜ਼ਰੂਰਤ ਹੈ। ਇਸ ਕਰਕੇ ਸਾਨੂੰ ਬਿਲਕੁਲ ਦ੍ਰਿੜਤਾ ਦੇ ਨਾਲ ਤਕੜੇ ਹੋ ਕੇ ਗੱਲ ਰੱਖਣੀ ਚਾਹੀਦੀ ਹੈ। ਦੂਜੇ ਪਾਸੇ ਕੁਝ ਵਿਚਾਰਵਾਨ ਨੇ ਜਿਹੜੇ ਕਿ ਹੈ ਕਿ ਇੰਡੀਆ ਪੱਖੀ ਨੇ, ਪਰ ਉਹ ਇਹ ਕਹਿ ਰਹੇ ਕਿ ਇੰਡੀਆ ਹਾਲੀ ਇਸ ਤਰ੍ਹਾਂ ਦੀ ਸਥਿਤੀ 'ਚ ਨਹੀਂ ਪਹੁੰਚਿਆ, ਇਹਨਾਂ ਨੂੰ ਬਿਲਕੁਲ ਭਰਮ ਨਹੀਂ ਪਾਲਣਾ ਚਾਹੀਦਾ ਕਿ ਜਿੱਥੇ ਤੁਸੀਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰੋ ਅਤੇ ਦੁਨੀਆ ਦੀਆਂ ਜਿਹੜੀਆਂ ਵੱਡੀਆਂ ਤਾਕਤਾਂ ਨੇ ਉਹ ਸਿਰਫ ਇਸ ਗੱਲ ਕਰਕੇ ਨਜ਼ਰਅੰਦਾਜ਼ ਕਰੀ ਜਾਣ ਕਿ ਚੀਨ ਦਾ ਮੁਕਾਬਲਾ ਕਰਨ ਦੇ ਲਈ ਉਹਨਾਂ ਨੂੰ ਤੁਹਾਡੀ ਜ਼ਰੂਰਤ ਹੈਗੀ ਆ। ਸੋ ਇਸ ਤਰ੍ਹਾਂ ਦੇ ਜਿੰਨੇ ਵੀ ਮਿਸ ਸਟੈਪ ਨੇ ਉਹਨਾਂ ਦਾ ਇਹ ਕਹਿਣਾ ਕਿ ਇਹਨਾਂ ਨੂੰ ਵਰਤਦਿਆਂ ਹੋਇਆਂ ਉਹ ਤੁਹਾਨੂੰ ਦਬਾ ਸਕਦੇ ਆ। ਸੋ ਜਿਹੜਾ ਇਹ ਮੁਫਾਦਾਂ ਦਾ ਭੇੜ ਆ ਉਹਦੇ ਵਿੱਚੋਂ ਸਿੱਖਾਂ ਦੀ ਕਿਸੇ ਨੇ ਮਦਦ ਕਰਨੀ ਹੈ ਜਾਂ ਨਹੀਂ ਕਰਨੀ, ਇਹ ਗੱਲ ਇਸ ਗੱਲ ਨੇ ਡਿਸਾਈਡ ਕਰਨੀ ਹੈ ਕਿ ਕੀ ਸਿੱਖ ਉਹ ਮਦਦ ਲੈਣ ਦੇ ਸਮਰੱਥ ਹੈਗੇ ਆ, ਠੀਕ ਹੈ ਨਾ। ਸੋ ਜਦੋਂ ਤੁਸੀਂ ਕਾਬਲ ਹੋਵੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਗੱਲ ਹੋਰ ਵੀ ਜਿਹੜੀ ਕਿ ਮੈਂ ਬਿਲਕੁਲ ਇਹ ਪ੍ਰਤੱਖ ਰੂਪ 'ਚ ਕਹਿਣੀ ਚਾਹੁੰਦਾ, ਅਸੀਂ ਪਹਿਲਾਂ ਵੀ ਕਹਿੰਦੇ ਰਹੇ 2021 ਤੋਂ ਬਾਅਦ ਲਗਾਤਾਰ ਕਿ ਆਉਣ ਵਾਲਾ ਸਮਾਂ ਸਿੱਖਾਂ ਦੇ ਲਈ ਵੱਡੀਆਂ ਪਰਖਾਂ ਅਤੇ ਵੱਡੀਆਂ ਔਖਾਂ ਦਾ ਸਮਾਂ ਹੈਗਾ। ਸੋ ਹੁਣ ਹਾਲੀਆ ਸਮੇਂ ਦੇ ਵਿੱਚ ਜਿਹੜੇ ਘਟਨਾਕ੍ਰਮ ਵਾਪਰੇ ਆ, ਜਿਸ ਤਰੀਕੇ ਦੇ ਨਾਲ ਇਹ ਸਾਰੀ ਗੱਲ ਸਾਹਮਣੇ ਆਈ, ਉਹਨੂੰ ਦੇਖਦਿਆਂ ਹੋਇਆਂ ਸਿੱਖਾਂ ਨੂੰ ਇਸ ਗੱਲ ਦਾ ਹੋਰ ਵੀ ਡੂੰਘਾ ਅਹਿਸਾਸ ਕਰਨਾ ਚਾਹੀਦਾ ਕਿ ਆਉਣ ਵਾਲਾ ਸਮਾਂ ਵੱਡੀਆਂ ਪਰਖਾਂ ਦਾ, ਵੱਡੀਆਂ ਔਖਾਂ ਦਾ ਸਮਾਂ ਆ। ਪਰ ਫਰਕ ਇਹ ਹੈਗਾ ਕਿ ਇਹਨਾਂ ਔਖਿਆਈਆਂ ਦੇ ਨਾਲ ਵੱਡੀਆਂ ਸੰਭਾਵਨਾਵਾਂ ਵੀ ਨੇ, ਔਰ ਸੰਭਾਵਨਾਵਾਂ ਨੂੰ ਹਕੀਕਤ ਦੇ ਵਿੱਚ ਬਦਲਣਾ ਤੁਹਾਡੀ ਕਪੈਸਿਟੀ ਦੇ ਉੱਪਰ ਹੁੰਦਾ। ਸੋ ਸਾਨੂੰ ਆਪਣੀ ਕਪੈਸਿਟੀ ਬਿਲਡ ਕਰਨੀ ਚਾਹੀਦੀ। ਇੰਡੀਆ ਦੇ ਨਾਲ ਸਿੱਖਾਂ ਦਾ ਕਨਫਲਿਕਟ ਇੰਨਾ ਇਨਐਵੀਟੇਬਲ ਆ
ਕਿ ਸਾਨੂੰ ਇੰਡੀਆ ਦੇ ਨਾਲ ਟਕਰਾਅ ਖੜਾ ਕਰਨ ਦੇ ਉੱਪਰ ਜ਼ੋਰ ਨਹੀਂ ਲਾਉਣਾ ਚਾਹੀਦਾ। ਇਹ ਦੇਖਣਾ ਚਾਹੀਦਾ ਕਿ ਜਿਸ ਦਿਨ ਉਹ ਟਕਰਾਅ ਦੀ ਸਥਿਤੀ ਆਵੇ ਅਸੀਂ ਘੱਟੋ ਘੱਟ ਪੱਕੇ ਪੈਰੀ ਹੋਈਏ ਅਤੇ ਆਪਦਾ ਕੋਈ ਭਵਿੱਖ ਸੰਭਾਲ ਸਕੀਏ। ਵਾਕਈ ਮੈਨੂੰ ਲੱਗਦਾ ਕਿ ਵੀਰ ਹੋਣਾ ਦਾ ਕਹਿਣਾ ਹੈਗਾ ਕਿ ਤੁਹਾਨੂੰ ਆਪਣੇ ਆਪ ਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੋਈ ਆ ਸਿੱਖ ਨੂੰ, ਸਿੱਖ ਇਸੇ ਕਰਕੇ ਕਹਿੰਦਾ ਹੈਗਾ ਕਿ ਹਮ ਰਾਖਤ ਪਾਤਸ਼ਾਹੀ ਦਾਵਾ, ਤੁਹਾਡੇ ਕੋਲ ਪਾਤਸ਼ਾਹੀ ਦਾਵਾ ਹੈਗਾ, ਲੇਕਿਨ ਨਹਾ ਧੋ ਕੇ ਬੀਬੇ ਰਾਣੇ ਬਣ ਕੇ ਆਪਣੇ ਆਪ ਨੂੰ ਤਿਆਰ ਕਰਕੇ ਰੱਖੋ ਐਜ਼ ਏ ਸਿੱਖ, ਜਿਵੇਂ ਦਾ ਗੁਰੂ ਸਾਹਿਬ ਜੀ ਨੇ ਤੁਹਾਨੂੰ ਘੜਿਆ ਹੈਗਾ ਉੱਦਾਂ ਦੇ ਆਪਾਂ ਬਣ ਕੇ ਰਹੀਏ। ਅਤੇ ਜਿਹੜੇ ਉਹ ਮੁਲਕ ਹੈਗੇ ਨੇ, ਇਹ ਨਹੀਂ ਹੈਗਾ ਕਿ ਉਹ ਮੁਲਕ ਤੁਹਾਨੂੰ ਸਰਦਾਰੀ ਬਖਸ਼ਣਗੇ, ਉਹ ਮੁਲਕ ਤੁਹਾਨੂੰ ਰਾਜ ਭਾਗ ਦੇ ਮਾਲਕ ਬਣਾਉਣਗੇ, ਉਹ ਤਾਂ ਤੁਹਾਨੂੰ ਗੁਰੂ ਨੇ ਬਖਸ਼ਿਆ ਹੈਗਾ, ਪਰ ਉਹ ਜਿਹੜੇ ਮੁਲਕ ਹੈਗੇ ਉਹ ਵੀ ਦੇਖਦੇ ਹੈਗੇ ਕਿ ਅਸੀਂ ਇਹ ਕਿਹਨੂੰ ਦੇਣਾ ਹੈਗਾ, ਇਹ ਜਿਹੜਾ ਸਰੋਪਾ ਹੈਗਾ ਕਿਹਦੇ ਗਲ ਦੇ ਵਿੱਚ ਪਾਉਣਾ ਹੈਗਾ। ਸੋ ਜੇ ਖਾਲਸਾ ਆਪਣੇ ਅਸਲ ਰੂਪ ਦੇ ਵਿੱਚ ਰਹੂੰਗਾ ਜਿਵੇਂ ਦਾ ਗੁਰੂ ਸਾਹਿਬ ਜੀ ਨੇ ਬਖਸ਼ਿਆ, ਅਤੇ ਮੈਨੂੰ ਲੱਗਦਾ ਕਿ ਉੱਦਾਂ ਦੇ ਗੁਣਾਂ ਦਾ ਧਾਰਨੀ ਹੋ ਕੇ ਰਹੂੰਗਾ, ਅਤੇ ਉਹ ਜਿਹੜਾ ਸਰੋਪਾ ਹੈਗਾ ਤੁਹਾਡੇ ਗਲ ਦੇ ਵਿੱਚ ਜ਼ਰੂਰ ਪਾਊਂਗਾ, ਔਰ ਖਾਲਸਾ ਰਾਜ ਜ਼ਰੂਰ ਤੁਹਾਡੇ ਉਹਦੀ ਮੁੜ ਬਹਾਲੀ ਹੋ ਜਾਊਗੀ। ਗਾਜੀ ਜੀ, ਅਖੀਰ ਦੇ ਵਿੱਚ ਮੇਰਾ ਤਾਂ ਆਖਰੀ ਸਵਾਲ ਸੀਗਾ, ਤੁਹਾਡੇ ਕੋਲ ਹੋਰ ਕਹਿਣ ਕੱਤਣ ਵਾਸਤੇ ਜੇ ਕੁਝ ਹੋਵੇ, ਜਿਹੜੀ ਗੱਲ ਮੈਂ ਨਾ ਪੁੱਛੀ ਹੋਵੇ ਪਰ ਹੋਵੇ ਬਹੁਤ ਜ਼ਰੂਰੀ ਕੋਈ? ਦੇਖੋ, ਮੈਂ ਇੱਕ ਬੇਨਤੀ ਸਾਰਿਆਂ ਨੂੰ ਜ਼ਰੂਰ ਕਰਨੀ ਚਾਹੁੰਦਾ ਕਿ ਅੱਜ ਦੇ ਸਮੇਂ ਦੇ ਵਿੱਚ ਪਿੱਛੇ ਜਿਹੇ ਇੰਟਰਸੈਪਟ ਦੇ ਵਿੱਚ ਇੱਕ ਰਿਪੋਰਟ ਲੱਗੀ ਜਿਹਦਾ ਆਧਾਰ ਇਹ ਸੀਗਾ ਕਿ ਇੰਡੀਆ ਦਾ ਇੱਕ ਸੀਕ੍ਰੇਟ ਮੀਮੋ ਜਿਹੜਾ ਅਪ੍ਰੈਲ ਮਹੀਨੇ ਦਾ ਸੀਗਾ ਉਹ ਲੀਕ ਹੋ ਗਿਆ, ਅਤੇ ਉਹਦੇ ਆਧਾਰ ਦੇ ਉੱਪਰ ਅਮਰੀਕਾ ਦੇ ਖ਼ਬਰ ਅਦਾਰੇ ਇੰਟਰਸੈਪਟ ਨੇ ਰਿਪੋਰਟ ਲਾਈ ਆ। ਉਹਦੇ ਵਿੱਚ ਵਿਦੇਸ਼ਾਂ 'ਚ ਕਿਹਨਾਂ ਨੂੰ ਇੰਡੀਆ ਨੇ ਟਾਰਗੇਟ ਕਰਨਾ ਆ ਉਹਨਾਂ ਦੇ ਨਾਮ ਨੇ, ਔਰ ਉਹਨਾਂ ਦੇ ਵਿੱਚ ਉਹ ਜਥੇਬੰਦੀਆਂ ਦੇ ਨਾਮ ਤੁਸੀਂ ਪੜ੍ਹੋ ਅਤੇ ਤੁਹਾਨੂੰ ਹੈਰਾਨੀ ਹੋਊਗੀ ਕਿ ਸਾਡੇ ਬੰਦੇ ਜਿਹੜੇ ਬਾਹਰ ਇਹ ਸਮਝਦੇ ਆ ਕਿ ਅਸੀਂ ਇੱਕ ਦੂਜੇ ਦੇ ਵਿਰੋਧੀ ਹਾਂ, ਇੰਡੀਆ ਨੇ ਉਹਨਾਂ ਸਾਰਿਆਂ ਨੂੰ ਇੱਕੋ ਰੱਸੇ ਬੰਨਿਆ ਹੋਇਆ ਅਤੇ ਕਿਹਾ ਹੋਇਆ ਕਿ ਸਾਰੇ ਇੰਡੀਆ ਦੇ ਵਿਰੋਧੀ, ਇਹਨਾਂ ਸਾਰਿਆਂ ਨੂੰ ਕੰਟੇਨ ਕਰੋ। ਸੋ ਇਹਦੇ ਵਿੱਚੋਂ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਕਿ ਅਸੀਂ ਸਿੱਖ ਭਾਵੇਂ ਜਿੰਨਾ ਮਰਜ਼ੀ ਸੋਚੀ ਜਾਈਏ ਕਿ ਮੇਰੀ ਫਲਾਨੇ ਨਾਲ ਨਹੀਂ ਬਣਦੀ, ਆ ਫਲਾਨੇ ਦਾ ਮੈਂ ਵਿਰੋਧੀ ਹਾਂ, ਸਾਡਾ ਦੁਸ਼ਮਣ ਸਾਨੂੰ ਇੱਕ ਮੰਨ ਰਿਹਾ ਅਤੇ ਹੁਣ ਉਹ ਸਾਡੀਆਂ ਸਿਰਫ ਬਰੂਹਾਂ ਦੇ ਉੱਪਰ ਨਹੀਂ ਆਇਆ ਹੋਇਆ, ਉਹ ਸਾਨੂੰ ਟਾਰਗੇਟ ਕਰ ਰਿਹਾ। ਸੋ ਸਾਨੂੰ ਆਪਣੇ ਅਮਲ ਦੇ ਵਿੱਚ ਸੰਜੀਦਗੀ ਲਿਆਉਣੀ ਚਾਹੀਦੀ। ਦੂਜੀ ਗੱਲ ਇਹ ਹੈ ਕਿ ਘਰਾਂ ਦੇ ਵਿੱਚ ਵੀ ਜਿਸ ਵਖਰੇਵੇਂ ਦਾ ਰੌਲਾ ਤੁਸੀਂ ਦੁਨੀਆ ਜਾਂ ਚੌਂਕ ਦੇ ਵਿੱਚ ਖੜ ਕੇ ਪਾਉਣ ਲੱਗ ਜਾਓ ਉਹ ਸਦਾ ਵੱਧਦਾ ਹੀ ਹੈ, ਘਟਦਾ ਨਹੀਂ ਹੁੰਦਾ। ਸੋ ਅੱਜ ਜਦੋਂ ਇੱਕ ਆਪਾਂ ਕਹੀਏ ਕਿ ਬਾਹਰੀ ਹਮਲਾਵਰ ਸਾਡੇ ਉੱਪਰ ਹਮਲਾਵਰ ਹੋ ਰਿਹਾ ਬਿਲਕੁਲ ਪ੍ਰਤੱਖ ਰੂਪ ਦੇ ਵਿੱਚ, ਔਰ ਸਿਰਫ ਬਾਹਰ ਨਹੀਂ ਸਮੁੱਚੇ ਰੂਪ ਦੇ ਵਿੱਚ, ਇੰਡੀਆ ਦੇ ਵਿੱਚ ਜਿਸ ਤਰੀਕੇ ਨਾਲ ਸਿੱਖਾਂ ਦੀ ਘੇਰਾਬੰਦੀ ਹੋ ਰਹੀ, ਪੰਜਾਬ ਦੇ ਵਿੱਚ ਹੋ ਰਹੀ, ਅਤੇ ਜਿਸ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਸਿੱਧੇ ਹਮਲੇ ਹੋ ਰਹੇ ਆ, ਸਾਨੂੰ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਅਸੀਂ ਜਿੰਨੇ ਵੀ ਆਪਸੀ ਮਤਭੇਦ ਦੇ ਮਸਲੇ ਨੇ ਉਹ ਸਟੇਜਾਂ ਤੋਂ, ਸੋਸ਼ਲ ਮੀਡੀਆ ਤੋਂ, ਖਬਰਖਾਨੇ ਤੋਂ, ਇਹਨਾਂ ਦੇ ਉੱਪਰ ਬਿਲਕੁਲ ਉਹਨਾਂ ਨੂੰ ਮੁਖਾਤਬ ਨਾ ਹੋਇਆ ਜਾਵੇ, ਸ਼ਕਤੀ ਦੇ ਨਾਲ ਇਹਨਾਂ ਤੋਂ ਆਪਣੇ ਆਪ ਨੂੰ ਰੋਕਿਆ ਜਾਵੇ, ਇਹਨਾਂ ਮਸਲਿਆਂ ਨੂੰ ਅੰਦਰ ਬਹਿ ਕੇ ਵਿਚਾਰਿਆ ਜਾਵੇ ਅਤੇ ਜਿਹੜੀ ਸਾਂਝ ਦੀ ਗੱਲ ਆ ਉਹ ਸਾਹਮਣੇ ਕੀਤੀ ਜਾਵੇ, ਅਤੇ ਇਹ ਗੱਲ ਸਮਝਣੀ ਚਾਹੀਦੀ ਕਿ ਇੰਡੀਆ ਇਹ ਕਿਸ ਤਰ੍ਹਾਂ ਦਾ ਬਿਰਤਾਂਤ ਖੜਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੈਂ ਦੋ ਤਿੰਨ ਘਟਨਾਵਾਂ ਜ਼ਰੂਰ ਗਿਣਾਉਣੀਆਂ ਚਾਹਾਂਗਾ। ਤੁਸੀਂ ਦੇਖੋਗੇ ਹਰਦੀਪ ਸਿੰਘ PhD ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ, ਉਹਨਾਂ ਦੇ ਮਾਮਲੇ ਦੇ ਵਿੱਚ ਜਿਹੜਾ ਇੰਡੀਆ ਦਾ ਖਬਰਖਾਨਾ ਆ ਉਹ ਭਾਊ ਪੰਜਵੜ ਦਾ ਨਾਮ ਲਾਉਂਦਾ, ਹਰਪ੍ਰੀਤ ਸਿੰਘ, ਹਾਂਜੀ ਹਰਮੀਤ ਸਿੰਘ PhD, ਹਰਮੀਤ ਸਿੰਘ PhD ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ, ਉਹਨਾਂ ਦੇ ਮਾਮਲੇ ਦੇ ਵਿੱਚ ਇੰਡੀਆ ਦਾ ਖਬਰਖਾਨਾ ਜਿਹੜਾ ਉਹ ਭਾਊ ਪਰਮਜੀਤ ਸਿੰਘ ਪੰਜਵੜ ਹੋਣਾਂ ਦਾ ਨਾਮ ਲਾਉਂਦਾ, ਭਾਊ ਪੰਜਵੜ ਹੋਣਾਂ ਨੂੰ ਟਾਰਗੇਟ ਕੀਤਾ ਜਾਂਦਾ, ਉਸ ਮਾਮਲੇ ਦੇ ਵਿੱਚ ਰਣਜੀਤ ਸਿੰਘ ਨੀਟੇ ਦਾ ਨਾਮ ਜਿਹੜਾ ਲਾਇਆ ਜਾ ਰਿਹਾ, ਰਿਪੂ ਦਮਨ ਸਿੰਘ ਮਲਿਕ ਨੂੰ ਕੈਨੇਡਾ 'ਚ ਟਾਰਗੇਟ ਕੀਤਾ ਜਾਂਦਾ, ਉਸ ਮਾਮਲੇ 'ਚ ਹਰਦੀਪ ਸਿੰਘ ਨਿੱਜਰ ਦਾ ਨਾਮ ਲਾਇਆ ਜਾਂਦਾ। ਹੁਣ ਜੇ ਤੁਸੀਂ ਇੰਡੀਆ ਦੇ ਲਈ ਝੂਠੇ ਬਿਰਤਾਂਤ ਖੜੇ ਕਰਨ ਵਾਲੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖੋ ਤੇ ਅਵਤਾਰ ਸਿੰਘ ਖੰਡੇ ਹੋਣਾਂ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਇੱਕ ਸਾਥੀ ਦਾ ਨਾਮ ਜਿਹੜਾ ਉਹ ਲਾ ਰਹੇ, ਔਰ ਨਿਊਯਾਰਕ ਟਾਈਮਸ ਦੇ ਵਿੱਚ ਪਿਛਲੇ ਦਿਨੀ ਇੱਕ ਆਰਟੀਕਲ ਲੱਗਾ ਜਿਹਦੇ ਵਿੱਚ ਇੱਕ ਬੜੀ ਮਹੱਤਵਪੂਰਨ ਗੱਲ ਸਾਹਮਣੇ ਆਈ, ਜੋ ਕਿ ਅਸੀਂ ਕਹਿ ਰਹੇ ਸੀਗੇ ਕਿ ਇਹ ਗੱਲ ਹੈ ਪਰ ਉਹ ਇੱਕ ਖਬਰ ਅਦਾਰਾ ਇਸ ਗੱਲ ਦੀ ਪੁਸ਼ਟੀ ਕਰਦਾ ਆ। ਉਹਨਾਂ ਨੇ ਕਿਹਾ ਕਿ ਜਿਹੜੇ ਇੰਡੀਆ ਦੇ ਓਫੀਸ਼ੀਅਲਸ ਨੇ ਉਹ ਇਹ ਗੱਲ ਕਹਿ ਰਹੇ ਆ ਕਿ ਇਹ ਸਿੱਖਾਂ ਦੀ ਆਪਸੀ ਅੰਦਰੂਨੀ ਗਰੁੱਪ ਫਾਈਟਿੰਗ ਹੈ। ਸੋ
ਉਹ ਚਾਹ ਇਹ ਰਹੇ ਨੇ ਕਿ ਜਿੰਨਾ ਸਾਰਾ ਸਿੱਖਾਂ ਦਾ ਸੰਘਰਸ਼ ਸੀਗਾ, ਚਾਹੇ ਪਿਛਲੇ ਸਮੇਂ ਦਾ, ਚਾਹੇ ਹੁਣ ਜੋ ਘਟਨਾਵਾਂ ਹੋ ਰਹੀਆਂ, ਉਹ ਕਰ ਸਰਕਾਰ ਰਹੀ ਹੈ, ਪਰ ਉਹ ਦਿਖਾ ਇਹ ਰਹੇ ਕਿ ਸਿੱਖ ਆਪਸ ਦੇ ਵਿੱਚ ਉਲਝ ਰਹੇ ਆ। ਸੋ ਅਜਿਹੀ ਕਿਸੇ ਵੀ ਹਾਲਾਤ ਨੂੰ ਜੇਕਰ ਕੋਈ ਵੀ ਧਿਰ ਵਧਾਵਾ ਦਿੰਦੀ ਹੈ ਸਿੱਖਾਂ ਦੇ ਵਿੱਚੋਂ, ਤਾਂ ਸਿੱਖਾਂ ਨੂੰ ਇਸ ਗੱਲ ਦਾ ਜ਼ਰੂਰ ਦੇਖਣਾ ਪਊਗਾ ਕਿ ਹੁਣ ਦੇ ਸਮੇਂ 'ਚ ਜਦੋਂ ਇਹ ਗੱਲ ਇੰਨੀ ਜ਼ਿਆਦਾ ਪ੍ਰਤੱਖ ਹੋ ਚੁੱਕੀ ਹੈ ਕਿ ਦੁਸ਼ਮਣ ਹਮਲਾਵਰ ਹੋ ਰਿਹਾ ਜੀ, ਅਤੇ ਜਿਹੜੀ ਵਖਰੇਵੇਂ ਦੀ ਗੱਲ ਹੈ ਜਾਂ ਫੁੱਟ ਪਾਉਣ ਦੀ ਗੱਲ ਹੈ ਜਾਂ ਪੁਰਾਣੇ ਮਸਲਿਆਂ ਨੂੰ ਖੜ੍ਹੇ ਕਰਨ ਦੀ ਜਾਂ ਇੱਕ ਝੂਠੇ ਬਿਰਤਾਂਤ ਜਿਹੜੇ ਸਿੱਖਾਂ ਦੇ ਵਿੱਚ ਫੈਲਾਏ ਜਾਂਦੇ ਆ ਅੰਦਰੂਨੀ ਖਾਨਾ ਜੰਗੀ ਦੇ, ਜਿਹੜੇ ਵੀ ਵਿਅਕਤੀ ਉਹਨਾਂ ਨੂੰ ਉਭਾਰਨ ਦਾ ਯਤਨ ਕਰਦੇ ਆ, ਉਹ ਹੁਣ ਮੇਰੀ ਸਮਝ ਦੇ ਮੁਤਾਬਕ ਉਹ ਅਣਜਾਣੇ ਦੇ ਵਿੱਚ ਹੋ ਰਿਹਾ ਕਾਰਜ ਨਹੀਂ ਹੋਊਗਾ। ਸਾਰੇ ਭਰਾਵਾਂ ਦੇ ਅੱਗੇ ਇਹੀ ਬੇਨਤੀ ਹੈਗੀ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਇਹਨਾਂ ਤੋਂ ਗੁਰੇਜ਼ ਕੀਤਾ ਜਾਵੇ, ਇਕੱਠੇ ਹੋ ਕੇ ਹੀ ਇਸ ਹਾਲਾਤ ਨੂੰ ਦਾ ਸਾਹਮਣਾ ਕੀਤਾ ਜਾ ਸਕਦਾ। ਉਹਦੇ ਵਾਸਤੇ ਪਹਿਲੀ ਗੱਲ ਇਹ ਹੈਗੀ ਹੈ ਕਿ ਮਾਰਨ ਦੇ ਵਾਸਤੇ ਤਾਂ ਇੰਡੀਆ ਦੀ ਸਰਕਾਰ ਹੀ ਬਹੁਤ ਹੈ, ਆਪਾਂ ਨੂੰ ਆਪਸ ਦੇ ਵਿੱਚ ਇਹ ਜਿਹੜਾ ਕੰਮ ਹੈ ਉਹ ਨਹੀਂ ਸ਼ੁਰੂ ਕਰਨਾ ਚਾਹੀਦਾ। ਤੁਸੀਂ ਇੱਦਾਂ ਕਿਹਾ ਅਤੇ ਮੈਂ ਨਾ ਕਈ ਵਾਰੀ ਦੁਖੀ ਮੰਦ ਵਿੱਚੋਂ ਗੱਲ ਇਹ ਨਿਕਲਦੀ ਕਿ ਭਾਰਤ ਦੀ ਸਰਕਾਰ ਨੂੰ ਆਖੀਏ ਕਿ ਇਹ ਸਰਕਾਰ ਤੂੰ ਰਹਿਣ ਦੇ, ਮਾਰਨ ਵਾਸਤੇ ਅਸੀਂ ਆਪ ਹੀ ਹੈਗੇ ਬਥੇਰੇ, ਇੱਕ ਦੂਜੇ ਨੂੰ ਅਸੀਂ ਆਪ ਹੀ ਮਾਰ ਲੈਣਾ ਹੈਗਾ। ਸੋ ਦੁਖੀ ਮੰਨ ਦੇ ਨਾਲ ਕਈ ਵਾਰ ਇੱਦਾਂ ਕਿਹਾ ਹੁੰਦਾ ਹੈਗਾ। ਸੋ ਜਿਵੇਂ ਮੈਨੂੰ ਤਾਂ ਗਾਜੀ ਜੀ ਤੁਸੀਂ ਆਖਿਆ ਹੈਗਾ ਕਿ ਉਹ ਤੁਹਾਨੂੰ ਇੱਕੋ ਹੀ ਵੇਖਦੇ ਆ, ਤੁਸੀਂ ਭਾਵੇਂ ਆਪਣੇ ਆਪ ਨੂੰ ਕਹੋ ਕਿ ਸਾਡੇ ਵਿਚਾਰਧਾਰਕ ਵੱਖਰੇਵੇਂ ਆ, ਵੀ ਮੈਨੂੰ ਥੋੜ੍ਹਾ ਮੈਂ ਤੁਹਾਡੇ ਪਰੇ ਹੋ ਕੇ ਬਹਿਣਾ। ਮੈਨੂੰ ਤਾਂ ਜਿੱਦਾਂ 84 ਦੇ ਬਾਰੇ ਆਪਾਂ ਗੱਲ ਕਰਦੇ ਹਾਂ, ਜਦੋਂ 84 ਸਾਡੇ 'ਤੇ 20 ਹਟੀਆਂ, ਉਦੋਂ ਬਾਅਦ ਆਪਾਂ ਲੱਗੇ ਗੱਲ ਕਰਨ ਵੀ ਜੇ ਕਿਸੇ ਨੇ ਕੜਾ ਪਾਇਆ ਨਹੀਂ ਪਾਇਆ, ਉਹਨਾਂ ਲਈ ਉਹਨਾਂ ਨੂੰ ਪਤਾ ਵੀ ਤੁਸੀਂ ਇੱਕ ਹੀ ਹੈਗੇ ਆ, ਉਹਨਾਂ ਨੂੰ ਨਹੀਂ ਪਤਾ ਵੀ ਤੁਸੀਂ ਕਾਂਗਰਸੀ। ਉਹ ਬੜੇ ਇੱਦਾਂ ਦੀਆਂ ਉਦਾਹਰਨਾਂ ਸਾਹਮਣੇ ਆਈਆਂ ਜਿਹੜੇ ਕਹਿੰਦੇ ਕਹਿੰਦੇ ਨਾਮਵਰ ਸ਼ਖਸੀਅਤਾਂ ਸੀਗੀਆਂ, ਜਿਹੜੀਆਂ ਜਿਹੜੇ ਪੂਰੇ ਰਾਸ਼ਟਰਵਾਦ ਦੇ ਰੰਗ ਵਿੱਚ ਰੰਗੇ ਹੋਏ ਸੀਗੇ, ਉਹ ਵੀ ਨਹੀਂ ਬਖਸ਼ੇ। ਮਨਮੋਹਨ ਸਿੰਘ, ਹਾਂਜੀ ਉਹ ਕੌਣ ਸੀਗੇ, ਹਾਂਜੀ ਉਹਨਾਂ ਤੋਂ ਵੱਡੇ, ਉਹਨਾਂ ਨੂੰ ਨਹੀਂ ਬਖਸ਼ਿਆ ਇਹਨਾਂ ਨੇ। ਤੋ ਜਦੋਂ ਵੇਲਾ ਲੰਘ ਚੁੱਕਾ ਹੁੰਦਾ, ਉਦੋਂ ਬਾਅਦ ਆਪਾਂ ਕਹਿੰਦੇ ਹਾਂ, ਸਾਨੂੰ ਸਮਝ ਆਉਂਦੀ ਹੈ ਭਈ ਹਾਂ ਜੀ ਉਹਨਾਂ ਵਾਸਤੇ ਆਪਾਂ ਇੱਕੋ ਹੀ ਹੈਗੇ ਹਾਂ। ਤੋ ਉਹ ਜਿਹੜਾ ਵੇਲਾ ਹੈਗਾ ਹੁਣ ਵੀ ਚੱਲ ਰਿਹਾ ਹੈਗਾ, ਜਿਵੇਂ ਵੀਰ ਹੋਰਾਂ ਨੇ ਵਿਦੇਸ਼ਾਂ ਦੀ ਗੱਲ ਕੀਤੀ, ਉੱਥੇ ਟਾਰਗੇਟ ਕਿਲਿੰਗ ਹੋ ਰਹੀ ਹੈ। ਸੋ ਤੁਹਾਡੇ ਹੀ ਖਾਤੇ ਦੇ ਵਿੱਚ ਜਿਹੜੇ ਤੁਹਾਡੇ ਕਤਲ ਹੁੰਦੇ ਨੇ ਉਹਨਾਂ ਨੂੰ ਪਾਉਣ ਦੇ ਉਹਨਾਂ ਵੱਲੋਂ ਯਤਨ ਕੀਤੇ ਜਾ ਰਹੇ ਨੇ, ਪਰ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਵੀ ਵਾਪਰ ਰਹੀ ਹੈਗੀ ਆ, ਅਗਾਂਹਵਧੂ ਮੁਲਕ ਅੱਜ ਉਹ ਨਸ਼ਰ ਕਰ ਰਹੇ ਆ ਬਹੁਤ ਕੁਝ ਕਿ ਉਹਦੇ ਪਿੱਛੇ ਕੌਣ ਹੈਗਾ। ਸੋ ਉਹ ਜਿਹੜਾ ਕੌਣ ਹੈਗਾ, ਉਸ ਤੋਂ ਇਲਾਵਾ ਭਾਰਤ ਦੇ ਵਿੱਚ ਜਿਹੜੀਆਂ ਜਿਹੜੇ ਫੇਕ ਐਨਕਾਊਂਟਰ ਹੋਏ ਨੇ ਪਿਛਲੇ ਸਮੇਂ ਦੇ ਵਿੱਚ, ਉਹ ਜਿਹੜੇ ਫੇਕ ਐਨਕਾਊਂਟਰ ਉਹਨਾਂ ਵਿੱਚ ਕਈ ਮਾਮਲੇ ਅਦਾਲਤਾਂ ਦੇ ਵਿੱਚ ਗਏ, ਉਹਨਾਂ ਮਾਮਲਿਆਂ ਵਿੱਚ ਕਈਆਂ ਨੂੰ ਸਜ਼ਾਵਾਂ ਵੀ ਹੋਈਆਂ ਨੇ, ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਨੇ ਉਹਨਾਂ ਵਿੱਚ ਕਈ ਪੁਲਿਸ ਆਫਿਸਰ ਹੈਗੇ ਨੇ, ਕਿਸੇ ਨੂੰ ਭਾਵੇਂ 3 ਵਰ੍ਹਿਆਂ ਦੀ ਹੋਈ, ਕਈਆਂ ਨੂੰ ਉਮਰ ਕੈਦ ਦੀ ਸਜ਼ਾ ਵੀ ਹੋਈ ਹੈ। ਸੋ 29 ਵਰ੍ਹੇ ਪਹਿਲਾਂ ਫੇਕ ਐਨਕਾਊਂਟਰ ਹੋਇਆ ਸੀਗਾ, ਉਹ ਵੀ ਆ ਪਿੱਛੇ ਆਪਾਂ ਦੇਖਿਆ, ਉਹ ਵੀ ਬੰਦੇ ਅੱਜ ਉਜਾਗਰ ਹੋ ਰਹੇ ਨੇ, ਖਾਕੀ ਵਰਦੀਆਂ ਵਾਲੇ ਉਹ ਅਫਸਰ। ਸੋ ਉਹਨਾਂ ਤੋਂ ਇਹ ਪਤਾ ਲੱਗਦਾ ਹੈਗਾ ਕਿ ਉਹਨਾਂ ਨੇ ਹੀ ਸਾਰਾ ਕੁਝ ਕੀਤਾ ਸੀਗਾ, ਪਰ ਉਹ ਤੁਹਾਡੇ ਹੀ ਕਤਲ ਹੁੰਦੇ ਨੇ ਅਤੇ ਤੁਹਾਡਿਆਂ ਦੇ ਹੀ ਉਹ ਗੱਲ ਪਾਉਣ ਦਾ ਯਤਨ ਕੀਤਾ ਜਾਂਦਾ ਹੈਗਾ। ਬਿਰਤਾਂਤ ਹਕੂਮਤਾਂ ਵੀ ਭੰਨ ਰਹੀਆਂ ਨੇ, ਅੱਜ ਕੈਨੇਡਾ ਵੀ ਉਸ ਬਿਰਤਾਂਤ ਨੂੰ ਭੰਨ ਰਿਹਾ, ਅਮੈਰੀਕਾ ਵੀ ਭੰਨ ਰਿਹਾ। ਤੋ ਸਿੱਖ ਮੀਡੀਆ ਜਿਹੜਾ ਹੈਗਾ ਉਹ ਵੀ ਮਾੜਾ ਮੋਟਾ ਆਪਣਾ ਰੋਲ ਅਦਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਦੇ ਵਿੱਚ ਆਪਾਂ ਵੀ ਯੋਗਦਾਨ ਮਾੜਾ ਮੋਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੇ ਵਕੀਲ ਹੈਗੇ ਨੇ ਕੋਰਟ ਕਚਹਿਰੀ ਵਿੱਚ ਉਹਨਾਂ ਮਾਮਲੇ ਨੂੰ ਲੈ ਕੇ ਜਾਂਦੇ ਨੇ, ਕੇਸ ਲੜਦੇ ਨੇ, ਉਹਨਾਂ ਨੇ ਵੀ ਅੱਜ ਜੱਗ ਜ਼ਾਹਰ ਕੀਤਾ ਕਿ ਕਿੱਦਾਂ ਇੱਥੋਂ ਦੀ ਹਕੂਮਤ ਨੇ, ਹਿੰਦ ਹਕੂਮਤ ਨੇ ਸਿੱਖਾਂ ਦੇ ਫੇਕ ਐਨਕਾਊਂਟਰ ਕੀਤੇ ਸੀਗੇ। ਸੋ ਬਹੁਤ ਇਹਨਾਂ ਦੇ ਵੱਲੋਂ ਸਿਰਜੇ ਜਾ ਰਹੇ ਬਿਰਤਾਂਤ ਭੰਨੇ ਜਾ ਚੁੱਕੇ ਨੇ, ਇਹਨਾਂ ਨੂੰ ਹੋਰ ਮੌਕਾ ਨਾ ਮਿਲੇ। ਗਾਜੀ ਜੀ ਅਖੀਰ ਦੇ ਵਿੱਚ ਜਾਂਦੇ ਜਾਂਦੇ ਕੋਈ ਇੱਕ ਦਾ ਕੋਈ ਹੋਰ ਤਰਲੇ ਭਰੀ ਕੋਈ ਗੱਲ 2 ਕਲਿਨਾਂ ਵਿੱਚ ਆਪਣੇ ਤੋਂ ਜਿਹੜੇ ਆਉਣ ਵਾਲੇ ਨਵੀਂ ਪੀੜ੍ਹੀ ਦੇ ਜਿਹੜੇ ਹੈਗੇ ਆ, ਜਿਹੜੇ ਇਹ ਸੋਚਦੇ ਆ ਕਿ ਅਸੀਂ ਬਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਇੰਨਾ ਕੁ ਕੰਮ ਕਰਨਾ ਆ, ਅਤੇ ਧਿਆਨ ਇੱਦਾਂ ਰੱਖਣਾ ਕਿ ਆਪਾਂ ਬਸ ਕੋਈ ਜਹਾਜ਼ ਆਵੇ ਅਤੇ ਅਸੀਂ ਕੈਨੇਡਾ ਜਾਣਾ, ਅਮੈਰੀਕਾ ਜਾਣਾ, ਜਿਹਨਾਂ ਦਾ ਮੇਨ ਧਿਆਨ ਹੀ ਉੱਧਰ ਨੂੰ ਆ, ਜਾਂਦੇ ਜਾਂਦੇ ਉਹਨਾਂ ਨੂੰ ਮਾੜਾ ਮੋਟਾ ਕੁਛ ਨਾ ਕੁਛ ਜ਼ਰੂਰ। ਦੇਖੋ ਜਿਹੜੇ ਰੁੱਖ ਦੀਆਂ ਜੜ੍ਹਾਂ ਨਾ ਰਹਿਣ ਉਹ ਸੁੱਕ ਜਾਂਦਾ ਜੀ। ਸੋ ਇਹ ਭੁਲੇਖਾ ਕੱਢ ਦੇਣਾ ਚਾਹੀਦਾ ਕਿ ਜਿਹੜੀ ਸਾਡੀ ਪੰਜਾਬ ਦੀ ਧਰਤੀ ਹੈ, ਕਿ ਇੱਥੇ ਇੱਥੋਂ ਜੜ੍ਹ ਪੱਟ ਕੇ ਅਸੀਂ ਦੁਨੀਆਂ ਦੇ ਵਿੱਚ ਕਿਤੇ ਵੀ ਖੁਸ਼ਹਾਲ ਹੋ ਜਾਵਾਂਗੇ, ਦੁਨੀਆਂ ਦੇ ਵਿੱਚ
ਸਿੱਖ ਕਿਤੇ ਵੀ ਜਾਣ, ਤਰੱਕੀਆਂ ਕਰਨ, ਆਪਦੀ ਜ਼ਿੰਦਗੀ ਵਧੀਆ ਬਸਰ ਕਰਨ, ਪਰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਕਿ ਇਸ ਧਰਤੀ ਨੂੰ, ਪੰਜਾਬ ਦੀ ਧਰਤੀ ਨੂੰ, ਜਿਹਦੇ ਚੱਪੇ ਚੱਪੇ ਨੂੰ ਸ਼ਹੀਦਾਂ ਨੇ ਆਪਣੇ ਖੂਨ ਦੇ ਨਾਲ ਸਿੰਜਿਆ, ਸੋ ਇਹਨੂੰ ਨਹੀਂ ਛੱਡਿਆ ਜਾ ਸਕਦਾ। ਅਤੇ ਦੂਸਰੀ ਗੱਲ ਇਹ ਹੈ ਕਿ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਹੋਇਆਂ ਕੋਈ ਵੀ ਜਿਹੜੀ ਵਿਵਾਦਿਤ ਗੱਲ ਹੈ, ਸਿੱਖਾਂ ਦੇ ਵਿੱਚ ਫੁੱਟ ਪਾਉਣ ਵਾਲੀ ਗੱਲ ਹੈ, ਉਹਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ, ਉਹਨੂੰ ਵਧਾਇਆ ਨਾ ਜਾਵੇ। ਸਮਾਂ ਜਿਹੜੀ ਗੱਲ ਕੋਈ ਸਾਂਝ ਦੀ ਬਾਤ ਪਾਉਂਦੀ ਹੋਵੇ, ਜਨਤਕ ਤੌਰ ਦੇ ਉੱਪਰ ਆਪਾਂ ਨੂੰ ਉਹੀ ਗੱਲ ਕਰਨੀ ਚਾਹੀਦੀ। ਜੀ ਜ਼ਰੂਰ। ਸੋ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ, ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਸਰਦਾਰ ਪਰਮਜੀਤ ਸਿੰਘ ਜੀ ਗਾਜ਼ੀ ਜਿਹੜੇ ਅੱਜ ਸਪੈਸ਼ਲ ਸਾਡੇ ਸਟੂਡੀਓ ਵਿੱਚ ਆਏ ਨੇ, ਉਹਨਾਂ ਨੇ ਜਿੰਨੀਆਂ ਵੀ ਗੱਲਾਂ ਬਾਤਾਂ ਕੀਤੀਆਂ ਨੇ, ਜਿਹੜੇ ਅਖੀਰ ਵਿੱਚ ਅਪੀਲ ਕੀਤੀ ਹੈ, ਕੀ ਤੁਸੀਂ ਉਹਦੇ ਨਾਲ ਸਹਿਮਤ ਹੋ? ਕੀ ਤੁਹਾਡੇ ਵਿੱਚੋਂ ਕੋਈ ਸੱਜਣ ਇੱਦਾਂ ਹੈਗੇ ਨੇ ਜਾਂ ਸਮੇਤ ਮੇਰੇ, ਆਪਾਂ ਸਾਰੇ ਜਾਣੇ, ਕੀ ਆਪਾਂ ਉਸ ਗੱਲ ਨੂੰ ਮੰਨੂ ਤਿਆਰ ਹਾਂ? ਜੇ ਮੰਨਣ ਨੂੰ ਤਿਆਰ ਹਾਂ ਕਿ ਹਾਂ ਮੈਂ ਕੱਲ੍ਹ ਤੱਕ ਮੇਰੇ ਵਿੱਚ ਆਹ ਉਗਣ ਸੀਗਾ ਕਿ ਮੇਰੇ ਸੱਜੇ ਖੱਬੇ ਵਾਲੇ ਨੇ ਕੋਈ ਇੱਦਾਂ ਦੀ ਗੱਲ ਕੀਤੀ ਜਿਹੜੀ ਮੈਨੂੰ ਪਸੰਦ ਨਹੀਂ ਹੈਗੀ, ਮੈਂ ਉਹਦਾ ਸੋਸ਼ਲ ਮੀਡੀਆ ਦੇ ਉੱਪਰ ਫੋਟੋ ਪਾ ਕੇ ਜਲੂਸ ਕੱਢਿਆ, ਕੀ ਅੱਜ ਆਪਾਂ ਤਹੀਆ ਕਰਨ ਨੂੰ ਤਿਆਰ ਹਾਂ ਕਿ ਨਹੀਂ? ਅੱਜ ਤੋਂ ਮੈਂ ਪ੍ਰਣ ਕੀਤਾ ਕਿ ਮੈਂ ਇੱਦਾਂ ਦੀ ਕੋਈ ਵੀ ਹਰਕਤ ਨਹੀਂ ਕਰੂੰਗਾ। ਜ਼ਰੂਰ ਕਮੈਂਟ ਕਰਕੇ ਆਪਣੀ ਰਾਏ ਦਿਓ, ਜਿੰਨੀਆਂ ਵੀ ਗੱਲਾਂ ਬਾਤਾਂ ਹੋਈਆਂ ਨੇ ਤੁਹਾਡੀ, ਇਹਨਾਂ ਸਾਰੀਆਂ ਗੱਲਾਂ ਦੇ ਬਾਬਤ ਕੀ ਰਾਏ ਹੈ? ਗਾਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।